ਬੋਨ ਮੈਰੋ ਕੈਂਸਰ ਚੌਥੀ ਸਟੇਜ ਦਾ ਸੀ ਜੀ। ਉਹ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੈ ਜੀ। ਹੁਣ ਮੈਂ ਤਕਰੀਬਨ ਉਦੋਂ ਸਾਲ ਡੇਢ ਸਾਲ ਦੋ ਸਾਲ ਦਵਾਈ ਚੱਲਦੀ ਰਹੀ, ਹੁਣ ਬਿਲਕੁਲ ਤੁਹਾਡੇ ਸਾਹਮਣੇ ਬੈਠਾ ਮੈਂ, ਕੋਈ ਪ੍ਰੋਬਲਮ ਨਹੀਂ ਹੈ। 10 ਸਾਲ 70 ਸਾਲ ਦੀ ਉਮਰ ਹੈ ਮੇਰੀ, ਜਿਹੜਾ ਕੋਈ ਭੈਣ ਭਰਾ ਆਉਂਦਾ ਕਰਦਾ ਹਰੇਕ ਨੂੰ ਪੂਰਾ ਬਿਲ ਕੰਮ ਕਰਕੇ ਦਵਾਈ ਦੇ ਦੀ ਹੈ, ਕਿਸੇ ਕਿਸਮ ਨੂੰ ਹਰੇਕ ਨੂੰ ਘਰ ਦਾ ਮਾਹੌਲ ਦੇਈਦਾ, ਕੋਈ ਬੰਦਾ ਆਉਂਦਾ। ਇਹ 15 ਦਿਨਾਂ ਦੀ ਹੈ ਦਵਾਈ, ਇਸ 'ਤੇ 15 ਦਿਨਾਂ ਵਾਲੀ ਪਹਿਲੀ ਡੋਜ਼ ਲੈਣ ਨਾਲ ਬੰਦੇ ਨੂੰ ਫਰਕ ਪੈ ਜਾਣਾ ਬਹੁਤ ਵੱਡਾ। ਇਹ ਜਿਹੜੀਆਂ ਜੜੀ ਬੂਟੀਆਂ ਜੜੀ ਬੂਟੀਆਂ ਦੱਸ ਦਿਨ, ਹਾਂਜੀ ਹਾਂ, ਇਹ ਤਿੰਨ ਜਗ੍ਹਾ ਤੋਂ ਮਿਲਦੀਆਂ ਜੀ। ਇੱਕ ਤਾਂ ਅਸੀਂ ਲੈ ਕੇ ਆਉਣੇ ਨਗੌਰ ਤੋਂ, ਰਾਜਸਥਾਨ ਤੋਂ, ਇੱਕ ਨੇਪਾਲ ਤੋਂ ਆਉਂਦੀ ਸੀ, ਹੁਣ ਉੱਤਰਾਖੰਡ ਤੋਂ ਮਿਲ ਜਾਂਦੀ ਹੈ, ਇੱਕ ਤੀਜੀ ਆਸਾਮ ਵਾਲੀ ਪਾਸੇ ਤੋਂ ਮਿਲਦੀਆਂ ਜੀ। ਅਤੇ ਤਿੰਨੇ ਇਹ ਮਿਲ ਕੇ ਇੱਕ ਦਵਾਈ ਬਣਦੀ ਹੈ, ਅਤੇ ਰਿਜ਼ਲਟ ਇਹਨਾਂ ਦਾ ਇਹ ਹੈ ਵੀ ਤੁਹਾਡੇ ਸਾਹਮਣੇ ਬੈਠਾ ਹੈ। ਮਹੀਨੇ ਦੇ ਵਿੱਚ ਪਹਿਲੇ ਦੇ ਵਿੱਚ ਮਰੀਜ਼ ਤਾਂ ਪਹਿਲੇ ਮਹੀਨੇ ਦੱਸ ਦੂਗਾ ਕਿ ਮੈਨੂੰ ਫਰਕ ਪੈ ਚੁੱਕਿਆ, ਇੰਨਾ ਫਰਕ ਪੈ ਗਿਆ ਕਿ ਵੀ ਮੈਂ ਬੈੱਡ 'ਤੇ ਪਏ ਨੇ, ਅਰਦਾਸ ਕੀਤੀ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਬਾ ਬੁੱਢਾ ਸਾਹਿਬ ਮੋਹਰੇ ਕੀਤੀ, ਸੱਚੇ ਪਾਤਸ਼ਾਹ ਤੁਹਾਡੇ ਨਾਲ ਵੱਡਾ ਕੋਈ ਨਹੀਂ, ਹਰੇਕ ਨੂੰ ਕਹੀਦਾ ਭਾਈ ਪਹਿਲਾਂ ਇਹ ਅਰਦਾਸ ਕਰਕੇ ਫਿਰ ਦਵਾਈ ਸ਼ੁਰੂ ਕਰਨੀ ਹੈ। ਹੁਣ ਤੁਸੀਂ ਜਿਵੇਂ ਦੱਸਿਆ ਵੀ ਕਿਸ ਤਰ੍ਹਾਂ ਦਾ, ਮਤਲਬ ਕੋਈ ਵੀ ਬੰਦਾ ਜਿਹੜਾ ਖੁਸ਼ ਹੋ ਕੇ ਤਾਂ ਆਉਂਦਾ ਨਹੀਂ, ਕੈਂਸਰ ਦਾ ਭੰਨਿਆ ਤੋੜਿਆ ਇਲਾਜਾਂ ਦਾ ਭੰਨਿਆ ਆਉਂਦਾ। ਇੱਕ ਪਟਿਆਲੇ ਤੋਂ ਆਏ ਭਾਈ ਸਾਹਿਬ, ਉਹਨਾਂ ਦਾ ਨੰਬਰ ਮੇਰੇ ਕੋਲ ਹੈਗਾ, ਉਹਨਾਂ ਦੇ ਸਿਰ 'ਚ ਟਿਊਮਰ ਸੀ, ਉਹਨਾਂ ਦੀ ਨਜ਼ਰ ਜਾਂਦੀ ਰਹੀ, ਬਿਲਕੁਲ ਬਹੁਤ ਮੱਧਮ ਦਿਸਦਾ ਸੀ। ਇਹ ਦਵਾਈ ਖਾਧੀ, ਟਿਊਮਰ ਨੂੰ ਮਤਲਬ ਕੰਟਰੋਲ 'ਚ ਕਰ ਲਿਆ, ਉਹਦੀ ਨਜ਼ਰ ਵਾਪਸ ਆ ਗਈ। ਮੇਰੇ ਵੀ ਸ਼ੁਰੂ 'ਚ ਕੀਮੋ ਲੱਗੀਆਂ ਸੀ ਜੀ, ਅਤੇ ਸ਼ੁਰੂ 'ਚ ਪਤਾ ਕੀਤਾ ਮੇਰੇ ਵੀ ਸਾਰੇ ਵਾਲ ਝੜ ਗਏ ਸੀਗੇ। ਇਹਨਾਂ ਦਵਾਈਆਂ ਨਾਲ ਕੋਈ ਕੋਈ ਸਾਈਡ ਜੇ, ਤਿੰਨ ਬੂਟੀਆਂ ਇਹਦਾ ਕੋਈ ਤਿਲਕ ਨਹੀਂ, ਜੋ ਜੀ ਆਪਾਂ ਦਾਲ ਸਬਜ਼ੀ ਖਾ ਲਈ ਕੋਈ ਚੀਜ਼, ਅਤੇ ਉਹ ਚੀਜ਼ ਆ ਜਿਵੇਂ ਇਹ ਗੁਣਕਾਰੀ ਪੌਦੇ ਆ ਜਿਹਨਾਂ ਤੋਂ ਇਹ ਮਤਲਬ ਦਵਾਈ ਬਣ ਗਈ ਆ। ਹੋਰ ਇਹਨਾਂ 'ਤੇ ਸਾਈਡ ਇਫੈਕਟ ਤਾਂ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਕਿਸੇ ਕਿਸਮ ਦਾ ਵੀ। ਪਰੱਪਾ ਬਣਾ ਕੇ ਹਰੇਕ ਭੈਣ ਭਰਾ ਨੂੰ ਦਵਾਈ ਦੇਈਦੀ ਹੈ। ਜਿਹੜੇ ਬੰਦੇ ਕੋਈ ਬਾਹਰੋਂ ਦੂਰ ਨੇੜੋਂ ਆ ਜਾਂਦੇ, ਜਿਵੇਂ ਕੋਈ ਜੰਮੂ ਤੋਂ ਆ ਗਿਆ, ਯੂਪੀ ਤੋਂ ਆ ਗਿਆ, ਰਾਜਸਥਾਨ ਤੋਂ ਆ ਗਿਆ, ਉਹਨੂੰ ਅਸੀਂ ਘਰੇ ਵੀ ਰੱਖਦੇ ਹਾਂ, ਪੂਰਾ ਇੰਤਜ਼ਾਮ ਕਰੀਦਾ, ਘਰੇ ਰਹਿਣ ਦਾ ਸਾਰਾ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ। D5 ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾਂ ਗੱਲ ਕਰੀਏ ਆਪਾਂ ਜੇਕਰ ਕੈਂਸਰ ਦੀ, ਤਾਂ ਕੈਂਸਰ ਨੇ ਬਹੁਤ ਲੋਕਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ। ਹਾਲਾਂਕਿ ਬੜੇ ਤਕੜੇ ਤਕੜੇ ਹਸਪਤਾਲ ਨੇ, ਵੈਦ ਨੇ, ਉਹਨਾਂ ਮਰੀਜ਼ਾਂ ਨੂੰ, ਉਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਲੱਗੇ ਹੋਏ ਨੇ, ਤਾਂ ਫਿਰ ਵੀ ਕੈਂਸਰ ਤੋਂ ਪੀੜਿਤ ਕਾਫੀ ਲੋਕ ਹੈ ਜਿਹੜੇ ਸਾਹਮਣੇ ਆਉਂਦੇ ਨੇ। ਅਤੇ ਅੱਜ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ ਅਜਿਹੇ ਇਨਸਾਨ ਦੀ ਜਿਹੜਾ ਖੁਦ ਕੈਂਸਰ ਤੋਂ ਪੀੜਿਤ ਸੀ, ਚੌਥੀ ਸਟੇਜ ਤੋਂ ਉਹ ਵਾਪਸ ਆਇਆ, ਤਾਂ ਉਸ ਤੋਂ ਬਾਅਦ ਉਹ ਖੁਦ ਵੈਦ ਬਣਦਾ, ਜਿਹੜੀਆਂ ਜੜੀ ਬੂਟੀਆਂ ਦੇ ਨਾਲ ਉਹ ਅੱਜ ਸਾਰੀਆਂ ਸਟੇਜਾਂ ਨੂੰ ਖਤਮ ਕਰ ਚੁੱਕਿਆ ਹੈ, ਅਤੇ ਅੱਜ ਬਹੁਤ ਵਧੀਆ ਸਿਹਤਮੰਦ ਇਨਸਾਨ ਬਣ ਚੁੱਕਿਆ ਹੈ, ਤਾਂ ਨਾਲ ਦੀ ਨਾਲ ਉਹ ਵੈਦ ਵੀ ਬਣ ਚੁੱਕਿਆ। ਤਾਂ ਵੈਦ ਬਣ ਕੇ ਹੋਰ ਵੀ ਲੋਕਾਂ ਨੂੰ ਜਿਹੜੇ ਕੈਂਸਰ ਤੋਂ ਪੀੜਿਤ ਨੇ ਉਹਨਾਂ ਨੂੰ ਬਚਾ ਰਿਹਾ ਹੈ। ਤਾਂ ਫਰੀਦਕੋਟ ਦਾ ਪਿੰਡ ਹੈ ਸਿਮਰਿਆਲਾ, ਤਾਂ ਸਿਮਰਿਆਲੇ ਦੇ ਵਿੱਚ ਪਹੁੰਚਿਆ, ਤਾਂ ਗੁਰਮੀਤ ਸਿੰਘ ਉਹ ਵੈਦ ਨੇ, ਉਹ ਸਾਡੇ ਨਾਲ ਆ, ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਸਵਾਗਤ ਹੈ ਜੀ। ਜੀ ਤੁਹਾਡੇ ਕੋਲ ਅੱਜ ਪਹੁੰਚੇ ਆ, ਸਭ ਤੋਂ ਪਹਿਲਾਂ ਤਾਂ ਇਹ ਦੱਸੇ, ਸਾਨੂੰ ਪਤਾ ਲੱਗਿਆ ਕਿ ਗੁਰਮੀਤ ਸਿੰਘ ਖੁਦ ਜਿਹੜਾ ਕੈਂਸਰ ਤੋਂ ਪੀੜਿਤ ਸੀਗਾ, ਚੌਥੀ ਸਟੇਜ ਤੇ ਸੀਗਾ, ਤਾਂ ਅੱਜ ਉਹ ਗੁਰਮੀਤ ਸਿੰਘ ਹੈ, ਆਪਣਾ ਜਿਹੜਾ ਤਾਂ ਰਾਹਤ ਉਹਨੂੰ ਮਿਲ ਗਈ ਹੈ, ਤੇ ਹੁਣ ਲੋਕਾਂ ਨੂੰ ਬਹੁਤ, ਜਿਹੜਾ ਪੰਜਾਬ ਦੇ ਲੋਕਾਂ ਨੂੰ ਜਾਂ ਹੋਰ ਆਪਾਂ ਆਊਟ ਆਫ ਜਿਹੜਾ ਸਟੇਟਸ ਦੀ ਗੱਲ ਕਰੀਏ, ਉਹ ਲੋਕ ਵੀ ਤੁਹਾਡੇ ਕੋਲੇ ਪਹੁੰਚਦੇ ਆ ਕੈਂਸਰ ਤੋਂ ਪੀੜਿਤ, ਉਹਨਾਂ ਨੂੰ ਵੀ ਬਚਾ ਰਹੇ ਹੋ? ਰਮਾਣਾ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਸਤਿ ਸ੍ਰੀ ਅਕਾਲ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ, ਆਹ ਤੁਹਾਡੇ ਬੈਠੇ ਬੈਠੇ ਵੇਖੋ, ਸ਼ੰਭੂ ਬਾਰਡਰ ਤੋਂ ਬੰਦੇ ਆ ਗਏ, ਤੁਹਾਡੇ ਬੈਠੇ ਬੰਦੇ ਬਹੁਤ ਦੂਰ ਦੂਰ ਤੋਂ ਆਉਂਦੇ ਆ, ਦੂਰ ਤੋਂ ਆਵੇ ਨੇੜੇ ਤੋਂ ਆਵੇ, ਕੈਂਸਰ ਕਿਸੇ ਦਾ ਸਕਾ ਨਹੀਂ ਜੀ। ਹਾਂਜੀ, ਜਿੰਨਾ ਵੀ ਮਤਲਬ ਹੋਵੇ ਕੈਂਸਰ, ਤਾਂ ਮਹਾਰਾਜ ਕਿਸੇ ਦੁਸ਼ਮਣ ਨੂੰ ਨਾ ਕਰੇ। ਦੂਜੀ ਗੱਲ ਇਹ ਹੈ ਵੀ ਤੁਸੀਂ ਆ ਗਏ ਜੀ ਆਇਆਂ ਦੇ, ਹੁਣ ਤੁਹਾਡੇ ਬੰਦੇ ਮਰਾਈ ਹੋਰ ਵੀ ਭੈਣ ਭਰਾ ਨੂੰ ਪਤਾ ਲੱਗੂਗਾ, ਸਾਨੂੰ ਖੁਸ਼ੀ ਹੋਊਗੀ। ਜਿਹੜੀ ਗੱਲ ਤੁਸੀਂ ਪੁੱਛੀ ਕੈਂਸਰ ਦੀ ਮੇਰੇ ਬਾਰੇ, ਮੈਨੂੰ ਆਪ ਨੂੰ ਬੋਨ ਮੈਰੋ ਕੈਂਸਰ ਚੌਥੀ ਸਟੇਜ ਦਾ ਸੀ ਜੀ, ਉਹ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੈ ਜੀ। ਹੁਣ ਮੈਂ ਤਕਰੀਬਨ ਉਦੋਂ ਸਾਲ ਡੇਢ ਸਾਲ ਦੋ ਸਾਲ ਦਵਾਈ ਚੱਲਦੀ ਰਹੀ, ਹੁਣ ਬਿਲਕੁਲ ਤੁਹਾਡੇ ਸਾਹਮਣੇ ਬੈਠਾ ਮੈਂ, ਕੋਈ ਪ੍ਰੋਬਲਮ ਨਹੀਂ ਹੈ। 10 ਸਾਲ 70 ਸਾਲ ਦੀ ਉਮਰ ਹੈ ਮੇਰੀ, ਜਿਹੜਾ ਕੋਈ ਭੈਣ ਭਰਾ ਆਉਂਦਾ ਕਰਦਾ ਹਰੇਕ ਨੂੰ ਪੂਰਾ ਬਿਲ ਕੰਮ ਕਰਕੇ ਦਵਾਈ ਦੇਈਦੀ ਹੈ, ਕਿਸੇ ਕਿਸਮ ਨੂੰ ਹਰੇਕ ਨੂੰ ਘਰ ਦਾ ਮਾਹੌਲ ਦੇਈਦਾ, ਕੋਈ ਬੰਦਾ ਆਉਂਦਾ। ਇਹ ਨਹੀਂ ਕਿ ਮੈਂ ਵੈਦ ਹਾਂ, ਮੈਂ ਸਾਬਕਾ ਸਰਪੰਚ ਹਾਂ, ਮੈਂ ਜੇ ਹੈ, ਇਹ ਗੱਲ ਕੋਈ ਨਹੀਂ। ਪਰੱਪਾ ਬਣਾ ਕੇ ਹਰੇਕ ਭੈਣ ਭਰਾ ਨੂੰ ਦਵਾਈ ਦੇਈਦੀ ਹੈ। ਜਿਹੜੇ ਬੰਦੇ ਕੋਈ ਬਾਹਰੋਂ ਦੂਰ ਨੇੜੋਂ ਆ ਜਾਂਦੇ, ਜਿਵੇਂ ਕੋਈ ਜੰਮੂ ਤੋਂ ਆ ਗਿਆ, ਯੂਪੀ ਤੋਂ ਆ ਗਿਆ, ਰਾਜਸਥਾਨ ਤੋਂ ਆ ਗਿਆ, ਉਹਨੂੰ ਅਸੀਂ ਘਰੇ ਵੀ ਰੱਖਦੇ ਹਾਂ,
पूरा इंतजाम करी दे घर रहन दा सारा तरह कोई प्रॉब्लम नहीं आती किसी बंदे नूं। बाकी जिहड़ी ये कैंसर है ये तो नित नवी कोई ना कोई गल सुनी दी है, नित कोई ना कोई नवी गल सुनी दी है, अज आ हो गया अज आ हो गया अज हो गया। गुरमीत जी जिवें तुहाडी आपां पहलां तुहाडे दे आपां विचार सांझे करांगे दर्शकां दे नाल, जिवें हुण तुसीं चौथी स्टेज ते तुसीं पहुंच गए सी जी जी, उस तों बाद कित्थे कित्थे तुहाडा इलाज चलिया और कित्थों जिहड़ा इलाज दा जिहड़ा संपूर्ण होया तुसीं अज सेहतमंद हो जी जी जी। ये रमणा साहब मैनू वाहिगुरू ते बड़ा विश्वास सीगा, अज भी है सदा रहना भी है। मैं मंजे ते पए ने बिड ते पए ने दाखल होके मैं बेनती करती दरबार साहब अंबरसर बाबा बुढ़ा साहब मूहरे सच्चे पातशाह भी तुहाडे नाल वड्डा डाक्टर कोई नहीं गा। उस तो बाद की होया कि कुछ दिनों बाद अपने भाई साहब रहिंदे आ कनेडा, उन्हां वल्लों मैनूं फोन ते दस्सी गई जानकारी भी आ दवाई वरतो, ये दवाई पंजाब तो बाहर आउंदी है जी। ਜਿਵੇਂ ਗੁਰਮੀਤ ਜੀ ਜਿਵੇਂ ਤੁਸੀਂ ਹੁਣ ਉਸ ਤੋਂ ਬਾਅਦ ਜਿਵੇਂ ਤੁਸੀਂ ਬਠਿੰਡੇ ਦੀ ਗੱਲ ਕੀਤੀ ਉੱਥੇ ਪਹੁੰਚੀ ਹੈ, ਜਦੋਂ ਉੱਥੋਂ ਵੀ ਤੁਹਾਨੂੰ ਲੱਗਿਆ ਵੀ ਮੈਂ ਨਹੀਂ ਠੀਕ, ਫਿਰ ਉਸ ਤੋਂ ਬਾਅਦ ਕਿਉਂਕਿ ਬੀਕਾਨੇਰ ਦਾ ਕਾਫੀ ਨਾਂ ਚੱਲਦਾ ਸੀਗਾ ਉੱਧਰ ਨਹੀਂ ਮੂਵ ਕੀਤਾ ਤੁਸੀਂ? ਨਹੀਂ ਜੀ, ਬੀਕਾਨੇਰ ਦਾ ਨਾਂ ਨਹੀਂ ਕੀਤਾ, ਮੈਨੂੰ ਦੱਸਿਆ ਸੀ ਭੈਣ ਭਰਾਵਾਂ ਨੇ ਬੀਕਾਨੇਰ ਜਾਂਦਾ ਰਿਹਾ ਬੀਕਾਨੇਰ ਜਾਂਦਾ ਰਿਹਾ, ਪਰ ਉੱਥੇ ਨਾ ਜਿਵੇਂ ਜਿੱਥੇ ਟ੍ਰੇਨ ਭਰੀ ਜਾਂਦੀ ਸੀ ਰਹਿਣ ਸਹਿਣ ਵਾਸਤੇ ਬੜਾ ਮੁਸ਼ਕਲ ਸੀ ਉੱਥੇ ਰਹਿਣ ਵਾਸਤੇ ਜੀ, ਤੇ ਹੁਣ ਤਾਂ ਵੈਸੇ ਉਸ ਮੁਤਾਬਕ ਵੱਡਾ ਇਲਾਜ ਇੱਥੇ ਚੱਲੀ ਜਾਂਦੇ, ਆਪਣੇ ਪੰਜਾਬ ਦੇ ਵਿੱਚ ਬਥੇਰੇ ਡਾਕਟਰ ਬੈਠੇ ਚੰਗੇ ਸੋਹਣੇ ਸੁਲਝੇ ਬੈਠੇ ਆ ਜੀ। ਉਸ ਤੋਂ ਬਾਅਦ ਜਿਵੇਂ ਹੁਣ ਤੁਸੀਂ ਗੱਲ ਕਰਨ ਲੱਗੇ ਸੀਗੇ, ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਿਹੜੀ ਤੁਹਾਨੂੰ ਗੁੜਤੀ ਮਿਲੀ ਹੈ ਤੁਰਕੀ ਤੋਂ ਮਿਲੀ ਹੈ? ਹਾਂਜੀ 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 ਜੀ 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 ਸੀ ਉਹਨਾਂ ਤੋਂ ਮਿਲੀ ਜੀ ਜੀ। ਇਹ ਜਿਹੜੀ ਹੈ ਇਹ ਐਕਚੁਅਲੀ ਇਹਦੇ ਜਿਹੜਾ ਜਨਮ ਭੂਮੀ ਹੈ ਇਹਦੀ ਤੁਰਕੀ ਹੈ ਜੀ, ਬਾਕੀ ਹੋਰ ਦੇਸ਼ਾਂ ਵਿੱਚ ਹੀ ਬਹੁਤ ਚੱਲਦੀ ਹੈ। ਬਾਰੇ ਜਿਹੜੇ ਜਿਹੜਾ ਤੁਹਾਡਾ ਉਸਤਾਦ ਹੈ ਤੁਰਕੀ ਵਾਲਾ, ਉਸੇ ਦੀ ਦਵਾਈ ਨਾਲ ਤੁਸੀਂ ਅੱਜ ਆਏ? ਜੀ ਜੀ, ਮੈਂ ਤੁਹਾਨੂੰ ਦੱਸਦਾ ਨਾ, ਜਿਹੜਾ ਪਹਿਲਾਂ ਮੇਰੇ ਭਾਈ ਨੇ ਮੈਨੂੰ ਦੱਸਿਆ ਉੱਥੋਂ ਕਨੇਡਾ ਤੋਂ ਵੀ ਆਹ ਦਵਾਈ ਮੰਗਾਓ, ਫਿਰ ਉੱਥੋਂ ਉਹਨਾਂ ਨਾਲ ਕੰਟੈਕਟ ਕੀਤਾ, ਫੋਨ ਨੰਬਰ ਦਿੱਤੇ, ਉਹਨਾਂ ਨੇ ਦਵਾਈ ਭੇਜੀ ਮੈਨੂੰ, ਬੂਟੀਆਂ ਦਾ ਜੜੀਆਂ ਦਾ ਹੋਰ ਬਹੁਤ ਜ਼ਿਆਦਾ ਵੈਸੇ ਗਿਆਨ ਹੈ, ਮੈਂ ਇਹਨਾਂ ਬਾਰੇ ਬੜਾ ਪੜ੍ਹਿਆ ਇਹਨਾਂ ਬਾਰੇ ਜਾਣਦਾ। ਉਸ ਤੋਂ ਬਾਅਦ ਕਿਵੇਂ ਨਾ ਕਿਵੇਂ ਭੈਣ ਭਰਾ ਲੋਕੀ ਆਪਦੀ ਵੀਡੀਓ ਪਾਉਂਦੇ ਸੀ, ਉਹਨਾਂ ਨੂੰ ਪੁੱਛ ਪੜਤਾਲ ਕਰਕੇ ਪਤਾ ਲੱਗ ਲਿਆ ਵੀ ਇਹ ਇੰਡੀਆ 'ਚ ਬੂਟੀ ਮਿਲਦੀ ਹੈ, ਇਹ ਪੰਜਾਬ 'ਚ ਨਹੀਂ ਮਿਲਦੀ, ਪੰਜਾਬ ਤੋਂ ਬਾਹਰ ਦੇ ਵਿੱਚੋਂ ਮਿਲਦੀ ਹੈ, ਉਹ ਅਸੀਂ ਇਕੱਠੀ ਕਰਦੇ ਹਾਂ, ਕਿਸੇ ਭੈਣ ਭਰਾ ਤੋਂ ਅਸੀਂ ਖਰੀਦਦੇ ਨਹੀਂ, ਕੁਛ ਨਹੀਂ ਕਰਦੇ, ਆਪ ਬੰਦੇ ਲੈ ਕੇ ਜਾਈਦੇ ਆ, ਆਪ ਕਰੀਦਾ ਕਤਰੀਦਾ, ਆਪ ਹੀ ਮਤਲਬ ਘਰੇ ਬਣਾਈਦੀ ਹੈ, ਤੀਜੇ ਪਰਸਨ ਨੂੰ ਅਸੀਂ ਨਹੀਂ ਵਿਸ ਕਿਸੇ ਵਿੱਚ ਦਿੰਦੇ, ਇਹ ਬਣ ਬਣਾ ਕੇ ਜਦੋਂ ਸਾਰਾ ਕਰਕੇ ਜੀ ਇਸ ਤਰ੍ਹਾਂ ਦੀ ਬਣ ਜਾਂਦੀ ਦਵਾਈ, ਇਹ ਪੀਸ ਕੇ ਕਰਕੇ ਇਹ 15 ਦਿਨਾਂ ਦੀ ਹੈ ਦਵਾਈ, ਇਸ ਤੇ 15 ਦਿਨਾਂ ਨਾਲ ਹੀ ਪਹਿਲੀ ਡੋਜ਼ ਲੈਣ ਨਾਲ ਬੰਦੇ ਨੂੰ ਫਰਕ ਪੈ ਜਾਣਾ ਬਹੁਤ ਵੱਡਾ ਜੀ। ਹਾਂਜੀ, ਦੇਖਣ ਨੂੰ ਮਸਾਲਾ ਜਿਹਾ ਲੱਗਦਾ। ਹਾਂਜੀ ਹਾਂਜੀ ਹਾਂਜੀ, ਇਹ ਜਿਹੜੀਆਂ ਜੜੀ ਬੂਟੀਆਂ ਗੁਰਮੀਤ ਜੀ ਕਿੱਥੋਂ ਮਿਲਦੀਆਂ ਜੜੀ ਬੂਟੀਆਂ? ਦੱਸਦਾ ਹਾਂਜੀ ਹਾਂਜੀ, ਇਹ 3 ਜਗ੍ਹਾ ਤੋਂ ਮਿਲਦੀਆਂ ਜੀ, ਇੱਕ ਤਾਂ ਅਸੀਂ ਲੈ ਕੇ ਆਉਂਦੇ ਨਗੌਰ ਤੋਂ ਜੀ, ਰਾਜਸਥਾਨ ਤੋਂ ਜੀ, ਇੱਕ ਨੇਪਾਲ ਤੋਂ ਆਉਂਦੀ ਸੀ, ਹੁਣ ਉੱਤਰਾਖੰਡ ਤੋਂ ਮਿਲ ਜਾਂਦੀ ਹੈ ਜੀ, ਇੱਕ ਤੀਜੀ ਅਸਾਮ ਵਾਲੀ ਪਾਸੇ ਤੋਂ ਮਿਲਦੀਆਂ ਜੀ ਜੀ, ਤੇ ਤਿੰਨੇ ਇਹ ਮਿਲ ਕੇ ਇੱਕ ਦਵਾਈ ਬਣਦੀ ਹੈ, ਤੇ ਰਿਜ਼ਲਟ ਇਹਨਾਂ ਦਾ ਇਹ ਹੈ ਵੀ ਤੁਹਾਡੇ ਸਾਹਮਣੇ ਬੈਠਾ ਹੈ। ਉਸ ਤੋਂ ਬਾਅਦ ਹੋਰ ਬੜੇ ਭੈਣ ਭਰਾ ਜਿਨ੍ਹਾਂ ਨੇ ਚਮਤਕਾਰਾਂ ਨੂੰ ਇਹਨੇ ਠੀਕ ਕੀਤਾ, ਗੋਡਿਆਂ ਤੇ ਉਹ ਪਾ ਕੇ ਗੋਡਿਆਂ ਤੇ ਗਮ ਬੂਟ ਪਾ ਕੇ ਬੰਦਿਆਂ ਨੂੰ ਉਹਨੂੰ ਲਿਜਾਈਦਾ, ਕਿਉਂਕਿ ਸਾਰੇ ਕੰਡੇ ਹੀ ਆ ਜਿੱਥੋਂ ਲੈ ਕੇ ਆਈਦੇ ਆ, ਉੱਥੇ ਮਤਲਬ ਉੱਥੇ ਰਹਿ ਕੇ ਬੰਦੇ ਰਹਿੰਦੇ ਆ, 5-4 ਦਿਨ ਇਕੱਠੀ ਕਰਦੇ ਉਸ ਤੋਂ ਬਾਅਦ ਲੈ ਕੇ ਆਉਂਦੇ ਜੀ। ਕੁਦਰਤੀ ਜਿਹੜੀ ਬੂਟੀਆਂ ਨਹੀਂ ਜੀ, ਕੁਦਰਤੀ ਹੈ ਉਹ, ਰਾਜਸਥਾਨ ਵਾਲੇ ਤੇ ਇਹਨੂੰ ਪੱਟ ਕੇ ਅੱਗ ਲਾ ਦਿੰਦੇ ਆ। ਹਾਂਜੀ ਹਾਂਜੀ, ਜਿਵੇਂ ਆਪਣੇ ਪੋਲੀ ਹੁੰਦੀ ਸੀ ਪਹਿਲਾਂ, ਨਦੀਨ ਆ ਉਹਨਾਂ ਵਾਸਤੇ, ਪਰ ਜਿਹੜੇ ਬੰਦੇ ਨੂੰ ਪਤਾ ਲੱਗਿਆ ਵੀ ਕੀ ਹੈ, ਤੇ ਹੁਣ ਵੱਡੇ ਬੰਦਿਆਂ ਨੇ ਰਾਜਸਥਾਨ ਦੱਸਿਆ ਪਹਿਲਾਂ, ਜਿਵੇਂ ਤੁਸੀਂ ਪੋਲੀ ਦੀ ਗੱਲ ਕੀਤੀ, ਆਪਾਂ ਤੁੰਮਿਆਂ ਦੀ ਕਦਰ ਤੁੰਮੇ ਹਾਂਜੀ ਹਾਂਜੀ ਸਮਝਦੇ ਸੀ, ਪਰ ਉਹ ਤੁੰਮੇ ਬੜੀਆਂ ਬਿਮਾਰੀਆਂ, ਬੜੀਆਂ ਬਿਮਾਰੀਆਂ, ਪੇਟ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਤੁੰਮਾ ਹੈ ਜੀ, ਤੁੰਮਾ ਕਰਨਾ ਜੀ। ਹੋਰ ਆਯੁਰਵੇਦ ਚ ਬੜਾ ਕੁਛ ਹੈ ਜੀ, ਬਹੁਤ ਕੁਛ ਹੈ, ਇਹਦਾ ਪੜ੍ਹੇ ਤੋਂ ਕਰੇ ਤੋਂ ਪਤਾ, ਜਦੋਂ ਮੈਂ ਇਹਦੇ ਵਿੱਚ ਵੜਿਆ ਤੇ ਮੈਨੂੰ ਪਤਾ ਲੱਗਿਆ ਵੀ ਇਹ ਭਾਈ ਆਹ ਕੁਛ ਦੱਸਦਾ ਗਿਆ। ਪਹਿਲਾਂ ਛੋਟਾ ਹੁੰਦਾ ਸੀ, ਮੈਂ ਆਪ ਹੀ ਦਵਾਈਆਂ ਘਰੇ ਬਣਾਉਂਦਾ ਰਹਿੰਦਾ ਹੁੰਦਾ ਸੀਗਾ, ਕੋਈ ਪੱਤੇ ਰਗੜ ਲਿਆ, ਕੋਈ ਆਹ ਰਗੜ ਲਿਆ, ਕਦੇ ਕੱਖ ਦਾ ਦੁੱਧ ਲਾ ਲਿਆ, ਕੁਛ ਐਂ ਕਰ ਲਿਆ, ਅਖੀਰ ਰਿਜ਼ਲਟ ਅੱਜ ਤੁਹਾਡੇ ਸਾਹਮਣੇ ਆ। ਆ ਵੀ ਉਹਦੇ ਨਾਲ ਹੀ ਆ, ਜਿਵੇਂ ਇਹ ਨਾਲ ਹੈ, ਇਹ ਜ਼ਖਮਾਂ ਵਾਸਤੇ, ਹਾਂਜੀ ਹਾਂਜੀ, ਇਹ ਨਾਲ ਹੀ ਆ, ਇਹ ਵੀ ਦੇਸੀ ਰਗੜੀ ਹੈ ਜੀ, ਇਹ ਹੁੰਦੀ ਜੇ ਜਿਹਦੇ ਜ਼ਖਮ ਹੋ ਜਾਂਦੇ ਮੂੰਹ ਤੇ ਜਾਂ ਕਿਤੇ ਹੋਰ ਕੈਂਸਰ ਨਾਲ ਸੱਜੇ ਖੱਬੇ, ਉਹਨਾਂ ਵਾਸਤੇ ਜੀ, ਬਾਕੀ ਕੈਂਸਰ ਦੀ ਦਵਾਈ ਸਾਰੀ ਆ ਹੀ ਹੈ ਜੀ। ਅੱਛਾ, ਇਹ ਕਿੰਨੀ ਜੇ ਮੰਨ ਲਓ ਤੁਹਾਡੇ ਕੋਲ, ਇਹ ਵੀ ਥੋੜਾ ਪਹਿਲਾਂ ਜ਼ਰੂਰ ਦੱਸੋ ਕਿਹੜੀਆਂ ਕਿਹੜੀਆਂ ਸਟੇਜਾਂ ਵਾਲੇ ਤੁਹਾਡੇ ਕੋਲ ਜਿਹੜੇ ਮਰੀਜ਼ ਹੁਣ ਤੱਕ ਆ ਚੁੱਕੇ ਆ, ਜਿਹੜੇ ਕਹਿੰਦੇ ਆ ਕਿ ਅਸੀਂ ਹਸਪਤਾਲਾਂ ਤੋਂ ਵੀ ਹੱਥ ਸਾਡੇ ਖੜੇ ਹੋ ਗਿਆ ਜਿਵੇਂ ਹੁਣ ਤੁਸੀਂ ਵੀ ਉਸ ਪਰਮਾਤਮਾ ਅੱਗੇ ਅਰਦਾਸ ਕਰਤੀ ਜੀ 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 ਜੀ, ਇਹੋ ਜਿਹੇ ਲੋਕ ਆਏ ਪਹੁੰਚ ਤੁਹਾਡੇ ਕੋਲ? ਇਹ ਜਦੋਂ ਵੀ ਮੈਂ ਕਿਸੇ ਭੈਣ ਭਰਾ ਨੂੰ ਦਵਾਈ ਦਿੰਦਾ ਨਾ, ਸਭ ਤੋਂ ਪਹਿਲਾਂ ਇਹੀ ਗੱਲ ਆਖੀ ਵੀ ਮੈਂ ਬੈੱਡ ਤੇ ਪਏ ਨੇ
ਅਰਦਾਸ ਕੀਤੀ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਬਾ ਬੁੱਢਾ ਸਾਹਿਬ ਮੋਰੇ ਕੀਤੀ ਸੱਚੇ ਪਾਤਸ਼ਾਹ ਤੁਹਾਡੇ ਨਾਲ ਵੱਡਾ ਕੋਈ ਨਹੀਂ ਹਰੇਕ ਨੂੰ ਕਹੀਦਾ ਭਾਈ ਪਹਿਲਾਂ ਇਹ ਅਰਦਾਸ ਕਰਕੇ ਫਿਰ ਦਵਾਈ ਸ਼ੁਰੂ ਕਰਨੀ ਹੈ ਹੁਣ ਤੁਸੀਂ ਜਿਵੇਂ ਦੱਸਿਆ ਵੀ ਕਿਸ ਤਰ੍ਹਾਂ ਦਾ ਮਤਲਬ ਕੋਈ ਵੀ ਬੰਦਾ ਜਿਹੜਾ ਖੁਸ਼ ਹੋ ਕੇ ਤਾਂ ਆਉਂਦਾ ਨਹੀਂ ਕੈਂਸਰ ਦਾ ਭੰਨਿਆ ਤੋੜਿਆ ਇਲਾਜਾਂ ਦਾ ਭੰਨਿਆ ਆਉਂਦਾ ਇੱਕ ਪਟਿਆਲੇ ਤੋਂ ਆਏ ਭਾਈ ਸਾਹਿਬ ਉਹਨਾਂ ਦਾ ਨੰਬਰ ਮੇਰੇ ਕੋਲ ਹੈਗਾ ਉਹਨਾਂ ਦੇ ਸਿਰ 'ਚ ਟਿਊਮਰ ਸੀ ਉਹਨਾਂ ਦੀ ਨਜ਼ਰ ਜਾਂਦੀ ਰਹੀ ਬਿਲਕੁਲ ਬਹੁਤ ਮੱਧਮ ਦਿਸਦਾ ਸੀ ਇਹ ਦਵਾਈ ਖਾਧੀ ਟਿਊਮਰ ਨੂੰ ਮਤਲਬ ਕੰਟਰੋਲ 'ਚ ਕਰ ਲਿਆ ਤੇ ਉਹਦੀ ਨਜ਼ਰ ਵਾਪਸ ਆ ਗਈ ਜੀ ਇਸ ਤਰ੍ਹਾਂ ਦੀ ਵਾਹਿਗੁਰੂ ਨੇ ਕੰਮ ਕੀਤੇ ਆ ਜੀ ਤੇ ਚੌਥੀ ਸਟੇਜ ਤੇ ਸੀ ਹਾਂਜੀ ਚੌਥੀ ਸਟੇਜ ਤੇ ਸੀ ਤੇ ਚੌਥੀ ਸਟੇਜ ਵਾਲੇ ਹੋਰ ਬਥੇਰੇ ਭੈਣ ਭਰਾ ਆਉਂਦੇ ਆ ਮੈਂ ਇਹ ਤਾਂ ਕਹਿੰਦਾ ਨੀ ਮੈਂ ਵੀ ਹਰ ਇੱਕ ਨੂੰ 100% ਕਰ ਦਿੰਦਾ ਪਰ 90% ਰਿਜ਼ਲਟ ਦੀ ਗਰੰਟੀ ਵਾਲਾ ਜੀ ਜਿਵੇਂ ਹੁਣ ਤੁਸੀਂ ਦੱਸਿਆ ਸੀਗਾ ਗਰਮੀਤ ਜੀ ਜਦੋਂ ਤੁਸੀਂ ਤੁਹਾਡਾ ਇਲਾਜ ਚੱਲਦਾ ਸੀ ਕੈਂਸਰ ਦੀ ਚੌਥੀ ਸਟੇਜ ਤੇ ਜੀ ਜੀ ਤੁਸੀਂ ਵੀ ਕੰਮ ਅਰਗੇ ਹੋ ਗਏ ਸੀ ਹਾਂਜੀ ਤਾਂ ਹੁਣ ਜੇ ਆਪਾਂ ਦੂਜਾ ਜਿਹੜਾ ਗੱਲ ਕਰੀਏ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣੇ ਆ ਉੱਥੇ ਵੀ ਜਿਵੇਂ ਇੰਜੈਕਸ਼ਨ ਲੱਗਦੇ ਆ ਬਿਲਕੁਲ ਬੰਦੇ ਦੇ ਵਾਲ ਵੀ ਉੱਡ ਜਾਂਦੇ ਆ ਬੰਦਾ ਬਿਲਕੁਲ ਤੀਲੇ ਅਰਗਾ ਹੋ ਜਾਂਦਾ ਇਹਨਾਂ ਦਵਾਈਆਂ ਦੇ ਨਾਲ ਕੋਈ ਨਹੀਂ ਜੀ ਨਹੀਂ ਜੀ ਨਹੀਂ ਜੀ ਕੀਮੋ ਨਾਲ ਮੇਰੇ ਵੀ ਸ਼ੁਰੂ 'ਚ ਕੀਮੋ ਲੱਗੀਆਂ ਸੀ ਜੀ ਤੇ ਸ਼ੁਰੂ 'ਚ ਪਤਾ ਕੀਤਾ ਮੇਰੇ ਵੀ ਸਾਰੇ ਵਾਲ ਝੜ ਗਏ ਸੀਗੇ ਇਹਨਾਂ ਦਵਾਈਆਂ ਨਾਲ ਕੋਈ ਕੋਈ ਸਾਈਡ ਜੇ ਤਿੰਨ ਬੂਟੀਆਂ ਕੋਈ ਤਲ ਕੇ ਨਹੀਂ ਜਾਓ ਜੀ ਆਪਾਂ ਦਾਲ ਸਬਜ਼ੀ ਖਾ ਲਈ ਕੋਈ ਚੀਜ਼ ਤੇ ਉਹ ਚੀਜ਼ ਆ ਜਿਵੇਂ ਇਹ ਗੁਣਕਾਰੀ ਪੌਦੇ ਆ ਜਿਹਨਾਂ ਤੋਂ ਇਹ ਮਤਲਬ ਦਵਾਈ ਬਣ ਗਈ ਆ ਹੋਰ ਇਹਨੇ ਤਾਂ ਸਾਈਡ ਇਫੈਕਟ ਤਾਂ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਕਿਸੇ ਕਿਸਮ ਦਾ ਵੀ ਤੇ ਬਾਕੀ ਵੇਖੋ ਹੁਣ ਕੱਲ੍ਹ ਐਤਵਾਰ ਸੀਗਾ ਜੰਮੂ ਤੋਂ ਬੰਦੇ ਆਏ ਸੀਗੇ ਇੱਥੋਂ ਆਏ ਸੀ ਯੂਪੀ ਤੋਂ ਬੰਦੇ ਵੀ ਆਏ ਸੀਗੇ ਛੁੱਟੀ ਆ ਜਾਣ ਜਿਹੜੇ ਜੰਮੂ ਤੋਂ ਆਉਂਦੇ ਆ ਉਹ ਟ੍ਰੇਨ ਤੋਂ ਉਤਰਦੇ ਆ ਸਾਡੇ ਕੋਲੇ ਆ ਜਾਂਦੇ ਆ ਕੇ ਉਹਨੂੰ ਸੰਭਾਲੀਦਾ ਚਾਹ ਪਾਣੀ ਪਾਈਦਾ ਨਵਾਈਦਾ ਮੁੜ ਕੇ ਸ਼ਾਮ ਨੂੰ ਦੂਜੀ ਟ੍ਰੇਨ ਤੇ ਭੇਜ ਦੇਈਦਾ ਕੋਈ ਵੀ ਭੈਣ ਭਰਾ ਆਵੇ ਸਾਡੇ ਵਾਸਤੇ ਮਰੀਜ਼ ਨਹੀਂ ਸਾਡਾ ਰਿਸ਼ਤੇਦਾਰ ਆਉਂਦਾ ਸਾਡਾ ਆਪਦਾ ਭੈਣ ਭਰਾ ਆਉਂਦਾ ਜੀ ਜਿਹੜਾ ਆਉਂਦਾ ਮੈਨੂੰ ਪਤਾ ਦੁਖੀ ਆਉਂਦਾ ਜਿਹੜਾ ਆਉਂਦਾ ਦੁਖੀ ਆਉਂਦਾ ਕੈਂਸਰ ਦੇ ਭੰਨਿਆਂ ਦਾ ਪਤਾ ਕਿਉਂਕਿ ਜਿਹੜੇ ਬੰਦੇ ਨੇ ਆਪ ਨਾਲ ਬੀਤੀ ਹੋਵੇ ਉਹਨੂੰ ਪਤਾ ਜ਼ਿਆਦਾ ਹੁੰਦਾ ਵੀ ਕੈਂਸਰ ਕੀ ਚੀਜ਼ ਹੈ ਵੈਸੇ ਤਾਂ ਬਿਮਾਰੀ ਕੋਈ ਵੀ ਚੰਗੀ ਨਹੀਂ ਹੈ ਪਰ ਫਿਰ ਵੀ ਕਰ ਕਰਾ ਕੇ ਜਿੰਨੇ ਵੀ ਭੈਣ ਭਰਾ ਆਉਂਦੇ ਆ ਸਾਰੇ ਖੁਸ਼ੀ ਹੋ ਕੇ ਜਾਂਦੇ ਆ ਤੇ ਮਗਰੋਂ ਮੇਰੇ ਕੋਲ ਦੁਬਾਰਾ ਠੀਕ ਹੋ ਕੇ ਮਿਲਣ ਵੀ ਆਉਂਦੇ ਆ ਜਿਵੇਂ ਹੁਣ ਇਹ ਆਪਣਾ ਇੱਕ ਲਫਾਫਾ ਇੱਕ ਮਰੀਜ਼ ਵਾਸਤੇ ਇੱਕ ਦੋ ਨਹੀਂ ਜੀ ਇਹ ਦੋਵੇਂ ਮਿਕਸ ਕਰਕੇ ਘਰੇ ਜਾ ਕੇ ਛਾਣ ਕੇ ਫਿਰ ਮਿਕਸ ਕਰਨੇ ਪੈਂਦੇ ਆ ਇਹ ਦੋਨੇ ਵੱਖਰੇ ਵੱਖਰੇ ਆ ਹਾਂਜੀ ਇੱਕ ਚਮਚਾ ਵੱਖਰਾ ਪਾਇਆ ਹੁੰਦਾ ਹੈ ਬਾਕੀ ਦੋਵੇਂ ਕੋਈ ਚੀਜ਼ ਇੱਕ ਚਮਚਾ ਰੰਗ ਦੋਵਾਂ ਦਾ ਸੇਮ ਹੈ ਨਹੀਂ ਇੱਕ ਚਮਚਾ ਵੱਖਰਾ ਪਾਇਆ ਦਵਾਈ ਦਾ ਅੱਛਾ ਉਹਦੇ ਚ ਹਾਂਜੀ 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 ਰੰਗ ਉਹ ਵੀ ਇਸ ਤਰ੍ਹਾਂ ਹੀ ਦੋਵੇਂ ਦੋਵੇਂ ਜੜੀ ਬੂਟੀਆਂ ਦੋਵੇਂ ਇੱਕੋ ਹੀ ਹੈ ਇੱਕ ਚਮਚਾ ਉਹਦੇ ਵਿੱਚ ਬਸ ਘਰੇ ਜਾ ਕੇ ਮਲਾਉਣੀ ਪੈਂਦੀ ਆਪਸ ਵਿੱਚ ਦੀ ਇਹਨਾਂ ਨੂੰ ਦੋਵਾਂ ਰਲਾਉਣਾ ਪਊਗਾ ਹਾਂਜੀ 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 ਠੀਕ ਹੈ ਜੀ ਜੀ ਇਹ ਜਿਹੜੇ ਦੋ ਤੁਸੀਂ ਲਿਫਾਫੇ ਚੱਕੇ ਆ ਤੁਹਾਡੇ ਕੋਲੇ ਇਹ ਜਿਹੜਾ ਤੁਹਾਡੇ ਕੋਲੇ ਪੇਸ਼ੈਂਟ ਪਹਿਲੀ ਵਾਰ ਆਉਂਦਾ ਹੈ ਹਾਂਜੀ ਉਹ ਇੱਕ ਆਉਂਦਾ ਤੁਹਾਡੇ ਕੋਲੇ ਕਿੰਨੇ ਵਾਰੀ ਆਉਣਾ ਪੈਂਦਾ ਤੁਹਾਡੇ ਕੋਲੇ ਪਹਿਲਾਂ ਇਹ ਦੱਸੋ ਇਹ ਜੀ ਆਪਦੀ ਮਰਜ਼ੀ ਨਾਲ ਤਾਂ ਭਾਵੇਂ ਹਰ ਮਹੀਨੇ ਬਾਅਦ ਆ ਜਾਂਦੇ ਭੈਣ ਭਰਾ ਮਿਲਣ ਵਾਸਤੇ ਗੱਲਾਂ ਬਾਤ ਕਰਕੇ ਮੈਨੂੰ ਦੱਸਣ ਵਾਸਤੇ ਵੀ ਇੰਨਾ ਸਹੀ ਹੋ ਗਿਆ ਸੀ ਨਹੀਂ ਤਾਂ ਪਹਿਲੀ ਵਾਰ ਆਉਂਦਾ ਉਸ ਤੋਂ ਬਾਅਦ ਅਸੀਂ ਦਵਾਈ ਕੋਰੀਅਰ ਕਰਦੇ ਹਾਂ ਜੀ ਨਾ ਬੰਦੇ ਦੀ ਦਿਹਾੜੀ ਭਜਦੀ ਹੈ ਨਾ ਕਿਰਾਇਆ ਭਜਦਾ ਕੋਈ ਗੱਡੀ ਤੇ ਆਵੇ ਤਾਂ ਉਹਨੀ ਦਵਾਈ ਦੀ ਕੀਮਤ ਹੈ ਉਹਨਾਂ ਖਰਚਾ ਬੰਦੇ ਦਾ ਡੀਜ਼ਲ ਦਾ ਹੋ ਜਾਂਦਾ ਅਸੀਂ ਕੋਰੀਅਰ ਕਰ ਦਿੰਦੇ ਹਾਂ ਚਾਰਾਂ ਤਿੰਨਾਂ ਦਿਨਾਂ ਦੀ ਕੋਰੀਅਰ ਮਿਲ ਜਾਂਦਾ ਜੀ ਮਤਲਬ ਹਰ ਰੋਜ਼ ਸਾਡੀ ਆਪਦੀ ਗੱਡੀ ਜਾਂਦੀ ਹੈ ਇੱਥੋਂ ਘਰੋਂ ਜਿਸ 'ਚ 12-15 ਕੋਰੀਅਰ ਹੁੰਦੇ ਆ ਉਹ ਲੈ ਜਾਂਦੇ ਆ ਦੂਰੋਂ ਕੋਈ ਬੰਦਾ ਆਉਂਦਾ ਕਰਦਾ ਉਹਨੂੰ ਮੈਂ ਆਪ ਹੀ ਫੋਨ ਤੇ ਗੱਲਬਾਤ ਕਰਕੇ ਸਾਰੀ ਉਹਦੀ ਸਿਰ ਸਫਾਈ ਕਰਾ ਕੇ ਉਹਨੂੰ ਕਹਿ ਦਈਏ ਭਾਈ ਸਾਹਿਬ ਐਡਰੈਸ ਭੇਜ ਦਿਓ ਤੁਹਾਨੂੰ ਦਵਾਈ ਅਸੀਂ ਕੋਰੀਅਰ ਰਹੇ ਭੇਜ ਦਿੰਦੇ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਬੜਾ ਵਧੀਆ ਰਿਜ਼ਲਟ ਮਿਲ ਰਿਹਾ ਕਿੰਨਾ ਲੰਬਾ ਸਮਾਂ ਜਿਹੜਾ ਟ੍ਰੀਟਮੈਂਟ ਚੱਲਦਾ ਹੈ ਕਿੰਨਾ ਯਾਨੀ ਕਿ ਲੰਬਾ ਸਮਾਂ ਇਹ ਘੱਟੋ ਘੱਟ ਜੀ ਇਹ 5-6 ਮਹੀਨੇ ਖਾਣਾ ਪੈਂਦਾ ਇਹਦਾ ਮਹੀਨੇ ਦੇ ਵਿੱਚ ਪਹਿਲੇ ਦੇ ਵਿੱਚ ਮਰੀਜ਼ ਤਾਂ ਪਹਿਲੇ ਮਹੀਨੇ ਦੱਸ ਦਊਗਾ ਕਿ ਮੈਨੂੰ ਫਰਕ ਪੈ ਚੁੱਕਿਆ ਇੰਨਾ ਫਰਕ ਪੈ ਗਿਆ ਪਰ ਇਹ ਮਤਲਬ 5-6 ਮਹੀਨੇ ਘੱਟੋ ਘੱਟ ਖਾਣਾ ਪੈਂਦਾ ਹੁਣ ਅਮਰੀਕਾ ਦੇ ਵਿੱਚ ਇੱਕ ਸਰਦਾਰ ਅਮਰੀਕ ਸਿੰਘ ਹੈ ਫਰੀਦਕੋਟ ਨੂੰ ਹੀ ਬਿਲੋਂਗ ਕਰਦੇ ਹੋ ਜੀ ਪਹਿਲਾਂ ਰੇਲਵੇ 'ਚ ਬੜੇ ਵੱਡੇ ਅਫਸਰ ਸੀਗੇ ਉਹ ਹੁਣ ਸਹੀ ਹੋ ਗਏ ਆ 100% ਪਰ ਨਾਲ ਉਹ ਦਵਾਈ ਅਜੇ ਵੀ ਖਾਈ ਜਾਂਦੇ ਆ ਜੀ ਉਹ ਇੱਕ ਚਮਚਾ ਸੁਬਾਹ ਬਿਲਕੁਲ ਸਹੀ ਖਾਈ ਜਾਂਦੇ ਆ ਵੀ ਇਹ ਕਹਿੰਦੇ ਤੇ ਨੁਕਸਾਨ ਤਾਂ ਨਹੀਂ ਕਿਉਂਕਿ ਬਲੌਕ ਜਿਮ ਨੂੰ ਰੋਕਣਾ ਹੈ 6 ਮਹੀਨੇ ਤੋਂ ਬਾਅਦ ਵੀ ਆਪਦਾ ਨਾ ਰੈਗੂਲਰ ਚੱਲੀ ਜਾਂਦਾ ਹਾਂਜੀ ਹਾਂਜੀ ਬਲੌਕ ਜਿਮ ਨੂੰ ਰੋਕਣਾ ਬਲੱਡ ਆਪਣਾ ਜਿੰਨਾ ਖੂਨ ਹੈ 100% ਪਿਓਰੀਫਾਈ ਕਰਦੀ ਆ ਸ਼ੂਗਰ ਨੂੰ ਵੀ ਥੋੜਾ ਜਿਹਾ 5-10% ਫਾਇਦਾ ਕਰਦੀ ਆ ਬਲੱਡ ਪ੍ਰੈਸ਼ਰ ਨੂੰ ਵੀ ਕਰਦੀ ਆ ਹੋਰ ਕਈ ਅਣਗਿਣਤ ਬਿਮਾਰੀਆਂ ਜਿਨ੍ਹਾਂ ਨੂੰ ਇਹ ਆਪਣੇ ਆਪ ਸਹੀ ਕਰਦੀ ਰਹਿੰਦੀ ਹੈ ਜੀ ਸ਼ੂਗਰ ਤੋਂ ਇਲਾਵਾ ਹੋਰ ਵੀ ਕੰਟਰੋਲ ਕਰਦੀ ਹੈ ਹਾਂਜੀ ਕੰਟਰੋਲ ਕਰਦੀ ਹੈ ਪਰ ਸ਼ੂਗਰ ਵਾਸਤੇ ਅਸੀਂ ਗਰੰਟੀ ਨਹੀਂ ਲੈਂਦੇ ਜੀ ਹਾਂਜੀ ਹਾਂਜੀ ਵੀ ਜਿਹੜਾ ਸ਼ੂਗਰ ਦਾ ਦਵਾਈ ਖਾਂਦਾ ਉਹ ਖਾਈ ਜਾਵੇ ਗਰੰਟੀ ਸਿਰਫ ਕੈਂਸਰ ਦੀ ਹੈ ਜੀ ਹਾਂਜੀ ਕੈਂਸਰ ਦੀ ਤੇ ਇਹ ਜਿਵੇਂ ਹੁਣ ਡੋਜ਼ ਹੈ ਜਿਵੇਂ ਮੰਨ ਲਓ ਵੀ ਪਹਿਲੀ ਸਟੇਜ ਵਾਲਾ ਤੁਹਾਡੇ ਕੋਲੇ ਇੱਕ ਪੇਸ਼ੈਂਟ ਹਾਂਜੀ ਹਾਂਜੀ
डॉक्टर ने दसना भी तेन कैंसर है बंद बड़े पता ही नहीं लगता गा काम धंधा खाते रोटी चाह पानी खाते रहते हैं हटे कट्टे होंगे तंदुरुस्ती मिली है। किन्ना समा किन्ना हो गया गुरमीत सिंह जी तुहानू इह काम करदे? मैनू जी वेखो आप दवाई खांदे हुण ते मैनू 9-10 साल हो गए जदों मैं आप वरती है डर ही नहीं है। बिलकुल परमात्मा दी वासा है, बुजुर्ग ते भी हो सकदा है। ट्यूमर होया हुंदा दवाई खा नहीं सकदे, दवाई कौड़ी बहुत है, उन्होंने फिर कैप्सूल च पा के दी दी है जी, समझा दी दी है। मां पेरेंट्स आपे कर लैंदे है जिवें देनी करनी कतरनी हुंदी है, क्योंकि आम बंदे वास्ते खाणी कोई प्रॉब्लम नहीं, कौड़ी बहुत है। पर यह ਗੁਰਮੀਤ ਸਿੰਘ ਇੱਕ ਇਹ ਜ਼ਰੂਰ ਦੱਸੋ ਵੀ ਆਪਣੇ ਪੰਜਾਬ ਦੇ ਸੂਬੇ ਦੇ ਲੋਕ ਤੁਹਾਡੇ ਕੋਲੇ ਆਉਂਦੇ ਕਿ ਬਾਹਰਲੇ ਸੂਬਿਆਂ ਦੇ ਵਿੱਚ? ਹਾਂ, ਤੁਸੀਂ ਇਹ ਬੜੀ ਚੰਗੀ ਸਿਆਣੀ ਗੱਲ ਕਹੀ, ਜਿੱਥੇ ਜਿੱਥੇ ਵੀਡੀਓ ਜਾਂਦੀ ਹੈ ਜਿੱਥੇ ਜਿੱਥੇ ਬੰਦੇ ਸਹੀ ਹੋ ਕੇ ਜਾਂਦੇ ਬੰਦੇ ਆਪਦੇ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਰਹਿੰਦੇ ਆ, ਇੱਕ ਤੋਂ ਦੂਜੇ ਨੂੰ ਭੇਜਦੇ ਰਹਿੰਦੇ ਆ। ਆਹ ਹੁਣ ਅੱਜ ਇੱਕ ਕੋਰੀਅਰ ਅਸੀਂ ਕਰ ਰਹੇ ਹਾਂ, ਇਹ ਹੈਗਾ ਡਾਕਟਰ ਨਦੀਮ ਬਿਹਾਰ ਦਾ ਜੀ, ਉਹਦੇ ਕੋਲੇ ਸਾਡੀ ਦਵਾਈ 3 ਮਹੀਨੇ ਹੋ ਗਏ ਚੱਲਦੇ, ਅੱਜ ਫਿਰ ਉਹਨੂੰ ਦਵਾਈ ਭੇਜਣੀ ਹੈ ਜੀ। ਉਹ ਡਾਕਟਰ ਪਤਾ ਨਹੀਂ ਕਾਹਦਾ ਹੈ, ਮਤਲਬ ਉਹ ਨਾਂ ਤੇ ਜਾਂਦਾ ਡਾਕਟਰ ਨਦੀਮ ਜੋ ਦਵਾਈ ਭੇਜਦੀ ਹੈ। ਇਸ ਤਰ੍ਹਾਂ ਬਹੁਤ ਦੂਰ ਦੂਰ ਤੋਂ ਭੈਣ ਭਰਾ ਆਉਂਦੇ ਆ, ਸਾਰਿਆਂ ਨੂੰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਤੰਦਰੁਸਤੀ ਲੈ ਕੇ ਜਾਂਦੇ ਆ। ਜਿਹੜੇ ਤੁਹਾਡੇ ਤੁਰਕੀ ਵਾਲੇ ਉਸਤਾਦ ਹੈਗੇ ਹੁਣ ਜੀ? ਨਹੀਂ ਜੀ, ਉਹਨਾਂ ਨਾਲ ਕੰਟੈਕਟ ਨਹੀਂ ਹੁੰਦਾ, ਹੁਣ ਸਾਨੂੰ ਦਵਾਈ ਤੋਂ ਮਿਲਣ ਲੱਗ ਪਈ ਸਾਰੀ ਜੀ। ਹਾਂਜੀ ਹਾਂਜੀ, ਉਧਰੋਂ ਮੰਗਾਉਣੀ ਪੈਂਦੀ ਸੀ? ਹਾਂਜੀ ਹਾਂਜੀ, ਪਹਿਲਾਂ ਉਹ ਭੇਜਦੇ ਰਹੇ ਕਰਦੇ ਰਹੇ ਆ, ਉਹ ਭਾਈ ਸਾਹਿਬ ਕੈਨੇਡਾ ਵਾਲੇ ਕਰਦੇ ਸੀਗੇ ਗੱਲਬਾਤ ਉਹਨਾਂ ਨਾਲ ਕਰ ਕਰਾ ਕੇ, ਮੁੜ ਕੇ ਅਸੀਂ ਇੱਥੋਂ ਲੱਭ ਲਈਆਂ ਬੂਟੀਆਂ। ਇਹ ਬੂਟੀਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਆ, ਇੰਡੀਆ 'ਚ ਬੂਟੀਆਂ ਬੜੀਆਂ। ਵੇਖੋ ਚੈਣਾ ਵਿੱਚ 90% ਦੇਸੀ ਇਲਾਜ ਚੱਲਦੇ ਆ, ਰੂਸ 'ਚ ਕਿੰਨੇ ਇਲਾਜ ਚੱਲਦੇ ਦੇਸੀ, ਉਹ ਇਲਾਜ ਆਪਣੇ ਕੋਲ ਸੇ ਬੜੇ ਆ, ਪਰ ਆਯੁਰਵੈਦਿਕ ਦੀ ਹਰ ਇੱਕ ਆਪਣੀ ਖੋਜ ਕਰਨੀ ਪੈਂਦੀ ਇਹਦੇ ਵਿੱਚ ਜੀ। ਤੁਹਾਨੂੰ ਫਿਰ ਪਤਾ ਲੱਗ ਜਾਂਦਾ ਜਦੋਂ ਤੁਸੀਂ ਜਾਂਦੇ ਆ ਆਪਣਾ ਜਿਹੜੀ? ਹਾਂ, ਇਹ ਵਧੀਆ 4-5 ਕਿਸਮ ਦੀਆਂ ਬੂਟੀਆਂ ਜੀ, ਇਹ ਕਿਸੇ ਨੂੰ 2 ਕੰਡੇ ਆ, ਕਿਸੇ ਨੂੰ 3 ਕੰਡੇ ਆ, ਕਿਸੇ ਨੂੰ 5 ਕੰਡੇ ਆ, ਉਹ ਤੋਂ ਦੇਖਣਾ ਪੈਂਦਾ ਬੂਟਾ ਅਸਲੀ ਕਿਹੜਾ। ਇਹ ਵੀ ਫਰਕ ਹੁੰਦਾ ਹੈ? ਹਾਂਜੀ ਹਾਂ, ਕੰਡਿਆਂ ਦਾ ਫਰਕ ਹੁੰਦਾ। ਹਾਂਜੀ ਹਾਂਜੀ, ਇਹ ਵੱਖਰਾ ਫਰਕ ਹੈ। ਬਿਲਕੁਲ ਬਿਲਕੁਲ, ਮੇਰੇ ਵਰਗਾ ਜਾਵੜੇ ਤਾਂ ਉਹਨੇ ਤਾਂ ਤੁਸੀਂ ਕਹਿੰਦਾ ਵੀ ਕੰਡਿਆਂ ਵਾਲੀ ਬੂਟੀ ਹੈ, ਜਿਹੜੀ ਮਰਜ਼ੀ ਹੋ ਜਾਵੇ। ਮੈਨੂੰ ਇੱਕ ਵਾਰਾਂ ਦਵਾਈ ਲੈ ਕੇ ਗਈ ਬੀਬੀ, ਇੱਧਰ ਘੱਗਰ ਦਰਿਆ ਤੇ ਰਹਿੰਦੇ ਸੀ ਉਹ, ਕਿੱਧਰ ਸੁਨਾਮ ਦੇ ਉਤਲੇ ਪਾਸੇ, ਉਹਨੇ ਮੈਨੂੰ ਫੋਨ ਕੀਤਾ ਜੀ ਸਾਡੇ ਤਾਂ ਬਹੁਤ ਖੜੀ ਦਰਿਆ ਦੇ ਕਿਨਾਰਿਆਂ ਤੇ, ਇੱਥੋਂ ਮੈਂ ਗਿਆ। ਮੈਂ ਬੜੀ ਖੁਸ਼ੀ ਦੀ ਗੱਲ ਹੈ ਵੀ ਕਿੱਥੇ ਭਾਲਦੇ ਫਿਰਦੇ ਸੀ ਤੇ ਇੱਥੇ ਮਿਲ ਗਏ। ਉੱਥੇ ਵੇਖੀ ਤਾਂ ਉਹਦਾ ਨਾਮ ਵੀ ਸੇਮ ਇਹੀ ਸੀਗਾ, ਤੇ ਵੇਖਿਆ ਤਾਂ ਕੰਡੇ 2 ਸੀ, ਉਹ ਕੰਡੇ ਐਡੇ ਐਡੇ ਸੀ। ਮੈਂ ਦੱਸਿਆ ਬੀਬੀ ਇਹ ਸਾਡੇ ਕੰਮ ਦੇ ਹੈ ਕਿ ਜੇ ਕੋਈ ਲੋੜਵੰਦ ਤੁਹਾਡੇ ਕੋਲੇ ਆ ਜਾਂਦਾ ਤਾਂ ਉਹਨੂੰ ਫ੍ਰੀ ਦੇਣੀ ਪਵੇ ਤਾਂ ਫ੍ਰੀ ਵੀ ਦਿੰਦੇ? ਨਹੀਂ ਜੀ, ਇਹ ਗੱਲ ਤੁਹਾਡੀ ਬਿਲਕੁਲ 100% ਫ੍ਰੀ ਹੈ। ਮੈਂ ਤੁਹਾਨੂੰ ਦੱਸਦਾ, ਇੱਥੇ ਇੱਕ ਸਰਦਾਰ ਸਰ ਆਵਾ ਜੀ, ਮਨਜੀਤ ਸਿੰਘ ਕੁਰੂਕਸ਼ੇਤਰ ਤੋਂ ਜੀ। ਹੁਣ ਉਹ ਆਪਦੀ ਵਾਈਫ ਵਾਸਤੇ ਦਵਾਈ ਲੈ ਕੇ ਗਏ ਤੇ ਨਾਲ ਮੈਨੂੰ ਜੀ ਉਹ ਪੈਸੇ ਵੱਧ ਦੇ ਗਏ। ਮੈਂ ਕਿਹਾ ਜੀ ਕਾਹਦੇ? ਉਹ ਕਹਿੰਦੇ ਵੀ ਜੇ ਕਿਸੇ ਕੋਲ ਪੈਸੇ ਨਾ ਹੋਏ ਤਾਂ ਦਵਾਈ ਉਹਨੂੰ ਦੇ ਦੇਣੀ ਹੈ। ਉਸ ਤੋਂ ਮਗਰੋਂ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ, ਮੈਨੂੰ ਉਹ ਕਹਿੰਦੇ ਸਰਪੰਚ ਸਾਹਿਬ ਭਾਵੇਂ 10 ਬੰਦੇ ਆ ਜਾਣ, ਤੁਸੀਂ ਦਵਾਈ ਫ੍ਰੀ ਦੇ ਦਿਓ, ਮੈਨੂੰ ਦੇ ਦਿਓ, ਤੁਹਾਡੇ ਅਕਾਊਂਟ 'ਚ ਪੈਸੇ ਪਾ ਦਊਂ। ਜਿਨ੍ਹਾਂ ਨੂੰ ਫਾਇਦਾ ਹੁੰਦਾ ਉਹ ਭੈਣ ਭਰਾ ਇਸ ਤਰ੍ਹਾਂ ਬੜੀ ਮਦਦ ਕਰੀ ਜਾਂਦੇ ਆ। ਬਾਕੀ ਮੇਰੇ ਨੂੰ ਤਾਂ ਵਾਹਿਗੁਰੂ ਨੇ, ਮੇਰੇ ਤਾਂ ਦਿਮਾਗ 'ਚ ਗੱਲ ਲਿਖੀ ਨਹੀਂ ਵੀ ਕਿਸੇ ਨੂੰ ਜਵਾਬ ਦੇ ਦਈਏ, ਅਸੀਂ ਸਵਾਲ ਹੀ ਪੈਦਾ ਨਹੀਂ ਹੁੰਦਾ ਕੋਈ ਬੰਦੇ ਨੂੰ ਜਵਾਬ ਦੇ ਦਈਏ, ਭਾਵੇਂ ਪੈਸੇ ਹੋਣ ਜਾਂ ਨਾ ਹੋਣ, ਜਾਂ ਬਾਅਦ 'ਚ ਭੇਜੇ ਜਾਂ ਕਦੋਂ ਭੇਜੇ ਜਾਂ ਨਾ ਭੇਜੇ, ਦਵਾਈ ਮਿਲੂਗੀ ਮਿਲੂਗੀ ਜੀ। ਨਹੀਂ, ਕਈ ਪੇਸ਼ੈਂਟ ਜਿਵੇਂ ਆਉਂਦੇ ਆ ਉਹਨਾਂ ਦੇ ਨਾਲ ਕੋਈ ਜਿਹੜੇ ਆਉਂਦੇ ਆ ਉਹ ਬੜੇ ਚਲਾਕ ਤੇ ਚਤਰ ਹੁੰਦੇ ਆ, ਉਹ ਕਹਿੰਦੇ ਆ ਵੀ ਅਸੀਂ ਤਾਂ ਯਾਰ ਸਮਝ ਲਾਂਗੇ, ਤੁਸੀਂ ਆ ਕੇ ਤੇ ਅਸੀਂ ਆਪ ਹੀ ਦਵਾਈ ਬਣਾਉਣ ਲੱਗ ਪਾਂਗੇ। ਇਹ ਜੇ ਵੀ ਚੱਲਦਾ ਇੱਥੋਂ ਹੈਗਾ, 1-2 ਬੰਦੇ ਜਿਹੜੇ ਦਵਾਈ ਲੈ ਕੇ ਗਏ ਉਹਨਾਂ ਨੇ ਆਪਣੇ ਆਪ, ਮੈਨੂੰ ਨਹੀਂ ਪਤਾ ਸੀਗਾ, ਉਹਨਾਂ ਦੇ ਆਪਣੇ ਪਿੰਡ ਦੇ ਵਿੱਚ ਛੋਟੇ ਛੋਟੇ ਝੋਲਾ ਛਾਪ ਡਾਕਟਰ ਜਿਹਨੂੰ ਕਹਿੰਦੇ ਆ, ਉਹ ਲੈ ਗਏ, ਸਾਡੇ 5 ਬੰਦੇ ਬਿਮਾਰ ਆ ਜੀ, ਪਜੇ ਉਹ ਜਾ ਕੇ ਫਿਰ ਗਾਂ ਰੇਟ ਹਾਈ ਤੇ ਵੇਚਣ ਲੱਗ ਪਏ ਜੀ।
करके इस तरह ਦੇ ਹੈਗੇ ਤੁਹਾਡੇ ਤੋਂ ਦਵਾਈ ਲੈ ਕੇ ਗਾਂ ਬਾਅਦ ਬਿਠਾਂਗੇ ਗਾਂ ਫਿਰ ਬਰਤਨ ਲਾਪੇ ਹਾਂ ਪਰ ਉਹ ਮੈਨੂੰ ਪੁੱਛਦੇ ਰਹੇ ਵਾ ਮੈਂ ਦੱਸਿਆ ਨਹੀਂ ਉਹਨਾਂ ਨੂੰ ਕੀ ਹੈ ਕਿਵੇਂ ਹੈ ਮੈਨੂੰ ਨਾਲ ਦੇ ਬੰਦੇ ਆ ਕੇ ਦੱਸ ਦਿੰਦੇ ਯਾਰ ਤੁਸੀਂ ਇੰਨੇ ਦਿੰਦੇ ਆ ਸਾਡੇ ਪਿੰਡ ਵਾਲਾ ਉਹ ਵੈਦ ਉਹ ਇੰਨੇ ਪੈਸੇ ਵੱਧ ਲੈਂਦਾ ਫਿਰ ਮੈਂ ਪਤਾ ਲੱਗਿਆ ਵੀ ਉਹ ਤਾਂ ਮੇਰੇ ਕੋਲੋਂ ਲੈ ਕੇ ਜਾਂਦਾ ਨਹੀਂ ਜਿੱਥੇ ਤੁਸੀਂ ਜੜੀ ਬੂਟੀਆਂ ਲਿਆਉਣੇ ਆ ਉੱਥੇ ਵੀ ਪਹੁੰਚ ਗਿਆ ਕਿ ਲੋਕ ਨਹੀਂ ਉੱਥੇ ਲੈ ਨਹੀਂ ਜੀ ਨਹੀਂ ਜੀ ਨਹੀਂ ਅੱਛਾ ਉੱਥੇ ਨਹੀਂ ਜੀ ਨਹੀਂ ਜੀ ਅੱਛਾ ਉੱਥੇ ਨਹੀਂ ਕੋਈ ਨਾ 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 ਜੀ ਇਹ ਜਿਵੇਂ ਹੁਣ ਤੁਸੀਂ ਵਾਰੀ ਵਾਰੀ ਇੱਕ ਜ਼ਿਕਰ ਕਰ ਰਹੇ ਹੋ ਸਰਪੰਚ ਸਾਹਿਬ ਇਹ ਗੁਰਮੀਤ ਸਿੰਘ ਸਰਪੰਚ ਜਦੋਂ ਕੈਂਸਰ ਤੋਂ ਪੀੜਤ ਸੀ ਉਸ ਤੋਂ ਪਹਿਲਾਂ ਸੀ ਜਾਂ ਉਸ ਤੋਂ ਬਾਅਦ ਨਹੀਂ ਜੀ ਮੈਂ ਜਦੋਂ ਸਰਪੰਚ ਸੀ ਉਦੋਂ ਪੰਜਾਬ ਦੇ ਹਾਲਾਤ ਬੜੇ ਮਾੜੇ ਸੀਗੇ ਉਦੋਂ ਬੜੇ ਸਾਲ ਵੋਟਾਂ ਨਹੀਂ ਪਈਆਂ ਜੀ ਉਸ ਟਾਈਮ ਸਰਪੰਚ ਸੀ ਮੈਂ ਔਰ ਸਰਪੰਚ ਦੀ ਗੱਲ ਤੁਹਾਨੂੰ ਦੱਸਾਂ ਮੈਂ ਪਹਿਲੀ ਵੋਟ ਹੀ ਆਪ ਨੂੰ ਪਾਈ ਸੀ ਉਸ ਤੋਂ ਬਾਅਦ ਕੀ ਹੋਇਆ ਕਿ 8-7 ਸਾਲ ਵੋਟਾਂ ਨਹੀਂ ਪਈਆਂ ਉਹ ਹਰੇਕ ਬੰਦੇ ਦੇ ਨਾਂ ਤੇ ਸਰਪੰਚ ਹੀ ਪੈ ਗਿਆ ਜੀ ਹਾਂਜੀ ਜੇ ਪੁੱਛਦੇ ਵੀ ਗੁਰਮੀਤ ਸਿੰਘ ਦੇ ਘਰੇ ਜਾਣਾ ਵੈਦ ਦੇ ਘਰੇ ਜਾਣਾ ਉਹ ਪੁੱਛਦੇ ਸਰਪੰਚ ਦੇ ਘਰੇ ਜਾਣਾ ਅੱਜ ਰਾਜ ਹਾਂਜੀ पहली बार मरीज आ 15-20 मिनट गल करी दी है ਜਾ ਪਾਣੀ ਪਿਆ ਕਰੀ ਜਾਣ ਕੇ ਬੁਲਾਉਣੇ ਆ ਤੁਸੀਂ ਵੀ ਭਾਈ ਇੱਕ ਵਾਰੀ ਸਾਡੇ ਕੋਲੇ ਆਓ ਨਹੀਂ ਹਰ ਘਰੋਂ ਨਹੀਂ ਬੁਲਾਉਂਦੇ ਜੋ ਬਹੁਤ ਦੂਰ ਆ ਜਾਂ ਕਈ ਬੰਦਿਆਂ ਦੇ ਨਾਲ ਬੰਦੇ ਘਰੇ ਹੈ ਨਹੀਂਗੇ ਜਾਂ ਕਈ ਬੰਦੇ ਚੱਲਣ ਫਿਰਨ ਜੋਗੇ ਨਹੀਂਗੇ ਜੀ ਮਰੀਜ਼ ਨੂੰ ਤਾਂ ਸਾਦੇ ਬਹੁਤ ਘੱਟ ਹੈ ਜਦੋਂ ਕਾਹਦੀ ਖੁਸ਼ੀ ਨਾਲ ਆ ਜਾਏ ਜਾਂ ਠੀਕ ਹੋ ਕੇ ਆ ਜਾਏ ਪਹਿਲੀ ਵਾਰ ਆਵੇ ਉਹਨੂੰ ਪਹਿਲੀ ਵਾਰ ਉਸ ਹਿਸਾਬ ਨਾਲ ਦੱਸੀਦਾ ਵੀ ਭਾਈ ਤੇਰੀ ਪਹਿਲੀ ਵਾਰ ਦਵਾਈ ਦੇਣੀ ਹੁਣ ਐਂ ਵਰਤਣੀ ਅੱਗੇ ਤੋਂ ਐਂ ਵਰਤਣੀ ਇਹ ਜਿਵੇਂ ਜਿਵੇਂ ਦਵਾਈ ਦਾ ਅਸਰ ਚੱਲੀ ਜਾਂਦਾ ਹੈ ਉਵੇਂ ਵੈਗਰ ਦੀ ਕਿਰਪਾ ਨਾਲ ਬੰਦਾ ਮੈਨੂੰ ਫੋਨ ਤੇ ਕੰਟੈਕਟ ਕਰਦਾ ਮੈਂ ਗਾਂ ਦੀ ਗਾਂ ਡੋਜ਼ ਵੀ ਵਧਾ ਦਿੰਦੇ ਦੱਸ ਦਈਦਾ ਹੈ ਜੇ ਕੋਈ ਚੌਥੀ ਸਟੇਜ ਵਾਲਾ ਕੋਈ ਮਰੀਜ਼ ਜਿਹਦੇ ਨਾਲ ਤੁਹਾਡੀ ਸਿਰਫ ਫੋਨ ਤੇ ਗੱਲਬਾਤ ਜੀ 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 ਫੋਨ ਤੇ ਉਹਦਾ ਇਲਾਜ ਕੀਤਾ ਤੁਸੀਂ ਕੱਲੇ ਫੋਨ ਤੇ ਇੱਕ ਨਹੀਂ ਬਹੁਤ ਹੋਇਆ ਜੀ ਕੱਲੇ ਫੋਨ ਤੇ ਬਿਲਕੁਲ ਫੋਨ ਤੇ ਬੜੇ ਨਹੀਂ ਹੁਣ ਇਹ ਕਹਿੰਦੇ ਭਾਈ ਦਾ ਕੋਰੀਅਰ ਗਿਆ ਜੀ ਪ੍ਰੋਬਲਮ ਹੈ ਤਾਂ ਬੰਦਾ ਭੇਜ ਕੇ ਤੈਨੂੰ ਦਵਾਈ ਅੱਜ ਕੋਰੀਅਰ ਨੇ 4-5 ਦਿਨ ਲਾ ਦੇਣੇ ਤੁਹਾਨੂੰ ਬੰਦਾ ਭੇਜੇਗਾ ਅੱਜ ਦਵਾਈ ਲੈ ਜਾ ਜ਼ਰੂਰੀ ਨਹੀਂ ਪੇਸ਼ੈਂਟ ਨੂੰ ਤੁਹਾਡੇ ਕੋਲ ਨਾ ਜ਼ਰੂਰੀ ਨਹੀਂ ਜੀ ਕਿਉਂਕਿ ਜੋ ਰਿਪੋਰਟਾਂ ਡਾਕਟਰਾਂ ਤੋਂ ਕਰਾਈਆਂ ਡਾਕਟਰ ਮੈਡੀਕਲ ਸਾਇੰਸ ਬਹੁਤ ਐਡਵਾਂਸ ਹੈ ਜੋ ਕੋਈ ਰਿਪੋਰਟ 'ਚ ਲਿਖਿਆ ਡਾਕਟਰਾਂ ਨੇ ਉਹ ਕਿਤੇ ਘਰਦਿਆਂ ਨੂੰ ਦੱਸਿਆ ਉਹ ਹੀ ਕੁਛ ਮੈਨੂੰ ਦੱਸਣਾ ਘਰਦਿਆਂ ਨੇ ਵੀ ਇਹਨੂੰ ਆਹ ਪ੍ਰੋਬਲਮ ਆ ਇਸ ਤਰ੍ਹਾਂ ਬੰਦਾ ਸੱਦਣਾ ਜ਼ਰੂਰੀ ਨਹੀਂ ਹੈ ਜੀ ਗੁਰਮੀਤ ਸਿੰਘ ਕੋਈ ਐਪ ਜਾਂ ਕੋਈ ਮਰੀਜ਼ ਪੇਸ਼ੈਂਟ ਤੁਹਾਡੇ ਕੋਲ ਆਇਆ ਹੋਵੇ ਜਿੱਥੋਂ ਤੁਹਾਡਾ ਹੌਸਲਾ ਵਧਿਆ ਵੀ ਯਾਰ ਮੈਂ ਸਹੀ ਲਾਈਨ 'ਤੇ ਪੈ ਗਿਆ ਵੀ ਲੋਕਾਂ ਦਾ ਯਾਰ ਮੈਂ ਬਸ ਇਹੀ ਕੰਮ ਕਰਨਾ ਲੋਕਾਂ ਦਾ ਇਲਾਜ ਕਰਨਾ ਕੋਈ ਤੁਹਾਡੇ ਯਾਦ ਹੋਵੇ ਇਹਦਾ ਮੈਂ ਤੁਹਾਨੂੰ ਦੱਸਦਾ ਜੀ ਯਾਦ ਤਾਂ ਸਭ ਤੋਂ ਵੱਡੀ ਗੱਲ ਤਾਂ ਜਦੋਂ ਮੈਂ ਆਪ ਠੀਕ ਹੋਇਆ ਨਾ ਜੀ ਇਹੀ ਮੇਰੇ ਵਾਸਤੇ ਐਗਜ਼ਾਮਪਲ ਸੀ ਪੂਰੀ ਜੀ ਵੀ ਭਾਈ ਆਪਾਂ ਵੱਧ ਤੋਂ ਵੱਧ ਸੇਵਾ ਕਰਨੀ ਹੈ ਜਿੰਨੀ ਸੇਵਾ ਕਰ ਸਕਦੇ ਹੋਈਏ ਇਸ ਤਰ੍ਹਾਂ ਦੇ ਮੈਂ ਤਾਂ ਤੁਹਾਨੂੰ ਬੜੀ ਵੱਡੀ ਲਿਸਟ ਵਿਖਾ ਸਕਦਾ ਜਿਹੜੇ ਜਿਹੜੇ ਬੰਦੇ ਸਹੀ ਹੋਏ ਜੀ ਤੁਹਾਡੇ ਕੋਲ ਹਾਂਜੀ ਹਾਂਜੀ ਆ ਕੇ ਹਾਂਜੀ ਬੜੀ ਸਹੀ ਇੱਕ ਸਰਸਾ ਤੋਂ ਬੀਬੀ ਹੈ ਮਲਕੀਤ ਕੌਰ ਉਹਦਾ ਮਤਲਬ ਉਹ ਮੁਹਾਲੀ ਸਰਵਿਸ ਕਰਦੇ ਸੀ ਉਹਦਾ ਫਾਦਰ ਨੂੰ ਮਤਲਬ ਇਹ ਪ੍ਰੋਬਲਮ ਸੀ ਉਹ ਵਿਚਾਰੀ ਨੇ ਮੇਰੇ ਤੋਂ ਫੋਨ ਤੇ ਦਵਾਈ ਮੰਗਾਉਂਦੀ ਰਹੀ ਹੈ ਹੁਣ ਉਹਨੇ ਆਪਦਾ ਵੀਡੀਓ ਬਣਾ ਕੇ ਮੈਨੂੰ ਭੇਜਿਆ ਵੀ 100% ਮੇਰਾ ਪਿਓ ਸਹੀ ਹੈ ਭਾਈ ਤੁਸੀਂ ਸ਼ਿਮਰੇ ਵਾਲੇ ਜਾਓ ਉੱਥੇ ਕਰੋ ਹੋਰ ਲੋਕ ਭੈਣ ਭਰਾ ਨੂੰ ਸੁਨੇਹਾ ਦਿੱਤੇ ਮੁਹਾਲੀ ਦੇ ਵਿੱਚ ਸਰਵਿਸ ਕਰਦੀ ਉੱਥੇ ਵੀ ਆਪਦੇ ਦਫ਼ਤਰ ਦੇ ਵਿੱਚ ਸਾਰੇ ਲੋਕਾਂ ਨੂੰ ਸੁਨੇਹਾ ਦਿੰਦੀ ਰਹਿੰਦੀ ਹੈ ਜੀ ਇਸ ਤਰ੍ਹਾਂ ਦੇ ਬਥੇਰੇ ਭੈਣ ਭਰਾ ਜੀ ਇੱਕ ਤੁਹਾਡੀ ਫਰੀਦਕੋਟ ਦੀ ਵਿਚਾਰੀ ਸੀ ਉਹ ਸਫਾਈ ਕਰਮਚਾਰੀ ਉਹ ਆਈ ਤੇ ਮੈਨੂੰ ਕਹਿੰਦੀ ਪੈਸੇ ਨੇ ਮੈਂ ਭੈਣ ਜੀ ਫਿਰ ਕਿਉਂਕਿ ਪੈਸੇ ਨੇ ਤਾਂ ਕਿਹੜੀ ਗੱਲ ਹੈ ਉਹ ਦਵਾਈ ਲੈ ਗਈ ਉਸ ਤੋਂ ਬਾਅਦ ਉਹ ਵਿਚਾਰੀ ਨੇ ਜਿਹਦੇ ਘਰੇ ਵੀ ਜਾਂਦੀ ਆ ਕਰਦੀ ਕਤਰਦੀ ਪਹਿਲਾਂ ਮੇਰੇ ਬਾਰੇ ਦੱਸਦੀ ਭਾਈ ਮੈਂ ਤਾਂ ਸ਼ਿਮਰੇਵਾਲ ਤੋਂ ਠੀਕ ਹੋ ਕੇ ਆਈ ਹਾਂ ਮੈਂ ਤਾਂ ਸ਼ਿਮਰੇਵਾਲ ਤੋਂ ਠੀਕ ਹੋਈ ਹਾਂ ਉਹਨੂੰ ਵਾਹਿਗੁਰੂ ਨੇ ਕਿਰਪਾ ਕੀਤੀ ਉਹ 2-2.5 ਮਹੀਨਿਆਂ 'ਚ ਤੰਦਰੁਸਤ ਹੋ ਗਏ ਜੀ ਇੱਕ ਆਪਾਂ ਕਈ ਵਾਰੀ ਜਿਗਰ ਆਪਾਂ ਸਾਹਮਣੇ ਜਿਹੜਾ ਕੈਮਰੇ ਸਾਹਮਣੇ ਨਹੀਂ ਵੀ ਕਰਦੇ ਵੀ ਕਿੰਨੇ ਪੈਸੇ ਲੱਗਦੇ ਕਿੰਨੇ ਨਹੀਂ ਲੱਗਦੇ ਇਹ ਤਾਂ ਕਰ ਸਕਦੇ ਹਾਂਜੀ ਹਾਂਜੀ ਕੈਮਰੇ ਦੇ ਨਹੀਂ ਕੋਈ ਇੰਨਾ ਜ਼ਿਆਦਾ ਨਹੀਂ ਜਿੰਨਾ ਕਿ ਸਾਡਾ ਖਰਚਾ ਆਉਂਦਾ ਨਾ ਉਹਨਾਂ ਕੀ ਅਸੀਂ ਕਰਦੇ ਹਾਂ ਜ਼ਿਆਦਾ ਉਹੀ ਮੈਂ ਤੁਹਾਡੇ ਕੋਲੇ ਵੀ ਹਾਂ ਥੋੜੀ ਗੱਲ ਵਧੀਆ ਸਾਂ ਪਤਾ ਲੱਗਣਾ ਚਾਹੀਦਾ ਸਾਡਾ 1 ਮਹੀਨੇ ਦਾ ਖਰਚਾ ਵੱਧ ਤੋਂ ਵੱਧ 5000 ਰੁਪਏ ਆਉਂਦਾ ਜੀ ਦਵਾਈ ਮਹੀਨਾ ਦਵਾਈ ਚੱਲਦੀ ਜਿਹੜੀ 1 ਮਹੀਨੇ ਦਾ ਤੇ ਜੇ ਤਾਂ ਕੋਈ ਭੈਣ ਭਰਾ ਦਿੰਦਾ ਤਾਂ ਵਧੀਆ ਜੇ ਕਿਸੇ ਕੋਲ ਨਹੀਂ ਹੈ ਤੇ ਉਹਨੇ ਅਸੀਂ ਦਵਾਈ ਪੂਰੀ ਦੇਵਾਂਗੇ 5000 ਜੇਕਰ ਮਰੀਜ਼ ਆ ਜਾਂ ਮਰੀਜ਼ ਦਾ ਕੋਈ ਵਾਰਸ ਹੈ ਜੀ ਉਹ ਤੁਹਾਡੇ ਕੋਲੇ ਆ ਕੇ ਲੈ ਕੇ ਜਾਂਦਾ ਦਵਾਈ ਉਹਦਾ ਵੀ ਉਹਨਾਂ ਖਰਚਾ ਹੋਊਗਾ ਜੇ ਕੋਰੀਅਰ ਕਰੋਗੇ ਉਹਦਾ ਵੀ ਤਾਂ ਵੀ ਉਹਨਾਂ ਖਰਚਾ ਕੋਰੀਅਰ ਸਸਤਾ ਪੈਂਦਾ ਜੀ ਬੜਾ ਬੰਦੇ ਨੂੰ ਆਉਣਾ ਨਹੀਂ ਪੈਂਦਾ ਦਿਹਾੜੀ ਨਹੀਂ ਮਾਈਦੀ ਡੀਜ਼ਲ ਨਹੀਂ ਸਾੜਨਾ ਪੈਂਦਾ ਹੁਣ ਇਹ ਜਿਹੜੇ 100-200 ਰੁਪਏ ਕੋਰੀਅਰ ਦਾ ਲੱਗਦਾ ਫਿਰ ਤਾਂ ਬੰਦੇ ਨੂੰ ਆਪਦੇ ਪਿੰਡ ਕੋਰੀਅਰ ਤੇ ਮੰਗਾਉਣੇ ਵਧੀਆ ਲੈਂਦੇ ਹਾਂਜੀ ਹਾਂਜੀ ਨਹੀਂ ਹਰੇਕ ਜਿੰਨੇ ਭੈਣ ਭਰਾ ਦੇ ਫੋਨ ਆਉਂਦੇ ਉਹਨਾਂ ਨੂੰ ਸੁਜੈਸਟ ਇਹ ਕਰੀਦਾ ਜੀ ਵੀ ਤੁਸੀਂ ਭਾਈ ਸਾਹਿਬ ਮੈਨੂੰ ਆਪਦਾ ਐਡਰੈਸ ਪੂਰਾ ਭੇਜੋ ਕਰੋ ਕਤਰੋ ਜਿਹੜੇ ਪੈਸੇ ਭੇਜਣੇ ਆ ਗੂਗਲ ਪੇ ਤੇ ਮੇਰੇ ਨਾਲ ਆ ਜਾਣਗੇ ਦਵਾਈ ਤੁਹਾਡੀ ਅੱਜ ਕੋਰੀਅਰ ਹੋ ਜਾਊਗੀ ਫਿਰ ਉਹਨਾਂ ਨੂੰ ਫੋਨ ਤੇ ਪੁੱਛਦੇ ਰਹੀਦਾ ਕਿਵੇਂ ਆ ਕਿੰਨੇ ਵਜੇ ਖਾਧੀ ਆ ਕਦੋਂ ਖਾਧੀ ਆ ਕਿਵੇਂ ਪੂਰੀ ਰੀਜਨਾ ਮਤਲਬ ਗੱਲਬਾਤ ਬੰਦੇ ਨੂੰ ਕਰਦੀ ਰਹੀ ਇਹ ਨਹੀਂ ਵੀ ਦਵਾਈ ਦੇ ਕੇ ਤੋਰਤਾ 5-7 ਦਿਨ ਉਹ ਇਹਨਾਂ ਗੱਲਾਂ ਬਾਤਾਂ ਵੀ ਕਰੀਦੀਆਂ ਮੁੜ ਕੇ ਬੰਦੇ ਆਪ ਹੀ ਲੱਗ ਜਾਂਦੇ ਗੱਲਾਂ ਕਰਨ ਵਾਸਤੇ ਮੈਨੂੰ ਇੰਨਾ ਫਰਕ ਪਿਆ ਜੀ ਆਹ ਫਰਕ ਪਿਆ ਆਹ ਫਰਕ ਪਿਆ
ਗੁਰਮੀਤ ਜੀ ਲਾਸਟ ਸਵਾਲ ਹੈ, ਸਾਰੀਆਂ ਆਪਾਂ ਗੱਲਾਂ ਦਰਸ਼ਕਾਂ ਦੇ ਸਾਹਮਣੇ ਰੱਖਤੀਆਂ ਜੀ। ਹੁਣ ਜੇਕਰ ਤੁਹਾਡੇ ਨਾਲ ਕਿਸੇ ਨਾਲ ਕੰਟੈਕਟ ਕਰਨਾ ਹੋਵੇ, ਕਿਸੇ ਨੇ ਜੀ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ, ਇੱਕ ਤਾਂ ਆਪਦਾ ਨੰਬਰ ਜ਼ਰੂਰ ਦੱਸ ਦਿਓ, ਦੂਜਾ ਜੇਕਰ ਤੁਹਾਡੇ ਕੋਲੇ ਪਹੁੰਚਣਾ ਹੋਵੇ ਇੱਥੇ ਉਹ ਐਡਰੈਸ ਜ਼ਰੂਰ। ਜੀ ਜੀ ਜੀ, ਇਹਦੇ ਵਾਸਤੇ ਇਸ ਤਰ੍ਹਾਂ ਜੀ, ਮੇਰਾ ਜੀ 75-890-31-110, 75-890-31-110 ਇਹ ਮੇਰਾ ਮੋਬਾਈਲ ਨੰਬਰ ਹੈ। ਪਿੰਡ ਹੈ ਜੀ ਸ਼ਿਮਰੇ ਵਾਲਾ, ਇਹਦੇ ਨੇੜੇ ਪੈਂਦਾ ਵੱਡਾ ਪਿੰਡ ਘੁਗਿਆਣਾ। ਫਰੀਦਕੋਟ ਤੋਂ ਵੀ 18-19 ਕਿਲੋਮੀਟਰ ਹੈ, ਫਿਰੋਜ਼ਪੁਰ ਤੋਂ ਵੀ 18-19 ਕਿਲੋਮੀਟਰ ਹੈ, ਫਿਰੋਜ਼ਪੁਰ ਤੋਂ ਵੀ ਆ ਸਕਦੇ ਹਾਂ, ਫਰੀਦਕੋਟ ਤੋਂ ਵੀ ਆਉਣ ਆ ਸਕਦੇ ਹਾਂ। ਮੁਕਤਸਰ ਤੋਂ 30 ਕਿਲੋਮੀਟਰ ਪੈ ਜਾਂਦਾ। ਬਾਕੀ ਜੇ ਹੋਰ ਕਿਸੇ ਭੈਣ ਭਰਾ ਨੇ ਕਦੋਂ ਜਦੋਂ ਵੀ ਫੋਨ ਕਰ ਲਿਓ ਤਾਂ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਉਹਨਾਂ ਨੂੰ ਮਿਲੂਗੀ। ਕੋਈ ਟਾਈਮ ਤਾਂ ਨਹੀਂ ਰੱਖਿਆ ਗਿਆ ਵੀ ਇਸ ਟਾਈਮ ਮੈਨੂੰ, ਜਾਂ ਜਿਵੇਂ ਕਹਿੰਦੇ ਸੁਬਹਾ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਹੀ ਫੋਨ ਕਰੋ, ਰਾਤ ਨੂੰ ਨਾ ਕਰੋ, ਜਾਂ ਤੁਹਾਨੂੰ ਕਦੋਂ ਮਿਲ ਸਕਦਾ? ਇਹ ਮੈਂ ਤੁਹਾਨੂੰ ਪਹਿਲਾਂ ਦੱਸ ਸਕਿਆ ਨੇ ਵੀ ਜਿਹੜਾ ਕੋਈ ਦਵਾਈ ਲੈਣ ਵਾਸਤੇ ਆਉਂਦਾ ਉਹ ਸਾਡਾ ਮਹਿਮਾਨ ਹੁੰਦਾ, ਭੈਣ ਭਰਾ ਹੁੰਦਾ, ਸਾਡੀ ਕੋਈ ਦੁਕਾਨਦਾਰੀ ਨਹੀਂ ਜੀ, ਜੱਟ ਜ਼ਿਮੀਦਾਰ ਬੰਦੇ ਆ, ਜਦੋਂ ਮਰਜ਼ੀ ਕੋਈ ਬੰਦਾ ਆ ਜੀ। ਬੜੇ ਬੰਦੇ ਆ ਜਿਹੜੇ ਦੂਰੋਂ ਆਉਂਦੇ ਆ ਵਿਚਾਰੇ, ਰਾਤ ਬਰਾਤੇ ਵੀ ਆਉਂਦੇ ਆ, ਜਿਹਨਾਂ ਨੇ ਉਹਦੇ ਡਿਊਟੀ 'ਤੇ ਜਾਣਾ ਹੁੰਦਾ ਜਾਂ ਡਿਊਟੀ ਕਰਕੇ ਆਏ ਹੁੰਦੇ ਆ, ਉਹ ਸ਼ਾਮ ਨੂੰ ਆ ਜਾਂਦੇ ਆ, ਹਨੇਰੇ ਵੀ ਆ ਜਾਂਦੇ ਆ, ਉਹਨਾਂ ਨੂੰ ਦਵਾਈ ਦੇ ਦਿੱਤੀ ਆ, ਚਾਹ ਪਾਣੀ ਪਿਆ ਕੇ ਮੁੜ ਕੇ ਉਹਨਾਂ ਰਾਤ ਨੂੰ ਵੀ ਜਾਂਦੇ ਰਹਿੰਦੇ, ਵਾਪਸ ਫਿਰ ਗੱਡੀਆਂ ਲੈ ਕੇ ਆਉਂਦੇ ਆ, ਖਾਸ ਕਰਕੇ ਬੰਦੇ ਜਿਹੜੇ ਜੰਮੂ ਵਗੈਰਾ ਤੋਂ ਆਉਂਦੇ ਆ ਜੀ। ਹਾਂਜੀ ਗੁਰਮੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਕਰੇ ਕਿ ਮਹਾਰਾਜ ਹੋਰ ਵੀ ਕਾਮਯਾਬੀ ਕਰੇ ਤੁਹਾਡੇ, ਜਿਵੇਂ ਤੁਸੀਂ ਸੇਵਾ ਕਰ ਰਹੇ ਆ, ਭੈਣ ਭਰਾ ਤੇ ਦੱਸ ਰਹੇ ਆ ਸਾਰਾ ਇਹਨਾਂ ਮਤਲਬ ਬਿਮਾਰੀ ਬਾਰੇ। ਚਲੋ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖਿਆ ਜੀ, ਸਤਿ ਸ੍ਰੀ ਅਕਾਲ ਜੀ। ਤਾਂ ਸੁਣਿਆ ਤੁਸੀਂ, ਇਹ ਸਨ ਗੁਰਮੀਤ ਸਿੰਘ ਜਿਹੜੇ ਖੁਦ ਕੈਂਸਰ ਤੋਂ ਪੀੜਿਤ ਸੀ, ਤੇ ਅੱਜ ਉਹਨਾਂ ਜਿਹੜੇ ਕੈਂਸਰ ਤੋਂ ਪੀੜਿਤ ਹੋਰ ਮਰੀਜ਼ ਆ, ਹੋਰ ਲੋਕ ਹੈ, ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਨੇ, ਤਾਂ ਸਾਰੀ ਜਾਣਕਾਰੀ ਬਰੀਕੀ ਦੇ ਨਾਲ ਇੱਕ ਇੱਕ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਰਮਾਤਮਾ ਅੱਗੇ ਅਸੀਂ ਅਰਦਾਸ ਕਰਾਂਗੇ ਕਿ ਕਿਸੇ ਨੂੰ ਇਹ ਜੀ ਨੌਬਤ ਨਾ ਆਵੇ, ਹਮੇਸ਼ਾ ਸਾਰੇ ਤੰਦਰੁਸਤ ਰਹਿਣ, ਤੇ ਜੇਕਰ ਕਿਸੇ ਨੂੰ ਇਸ ਭਿਆਨਕ ਬਿਮਾਰੀ ਤੋਂ, ਨਾ ਮੁਰਾਦ ਬਿਮਾਰੀ ਕੈਂਸਰ ਤੋਂ ਕੋਈ ਪੀੜਿਤ ਹੁੰਦਾ, ਤਾਂ ਜਿਵੇਂ ਇਹਨਾਂ ਨੇ ਦੱਸਿਆ ਕਿ 1 ਮਹੀਨੇ ਦੀ ਜਿਹੜੀ ਦਵਾਈ ਉਹਨਾਂ ਨੂੰ ਦਿੱਤੀ ਜਾਂਦੀ ਹੈ, ਤੇ 6 ਮਹੀਨੇ ਲਗਾਤਾਰ ਉਹ ਦਵਾਈ ਖਾਣੀ ਪੈਂਦੀ ਹੈ, ਤੇ 6 ਮਹੀਨੇ ਤੱਕ ਜੇਕਰ ਬੰਦਾ ਕੋਈ 4th ਸਟੇਜ ਵਾਲਾ ਤਾਂ ਉਹ ਵੀ ਤੰਦਰੁਸਤ ਹੋ ਕੇ ਜਾਊਗਾ। ਇਹਨਾਂ ਨੇ ਆਪ ਇਹ ਤਜਰਬਾ, ਇਹਨਾਂ ਦਾ ਖੁਦ ਦਾ ਤਜਰਬਾ, ਆਪਦੇ ਸਰੀਰ ਦਾ ਇਹਨਾਂ ਨੇ ਤਜਰਬਾ ਜਿਹੜਾ ਕੀਤਾ ਹੈ, ਕਿਉਂਕਿ ਆਪ ਜਿਵੇਂ ਇਹਨਾਂ ਨੇ ਦੱਸਿਆ ਕਿ ਬਿਲਕੁਲ ਉਹ ਪਰਮਾਤਮਾ ਅੱਗੇ ਇਹਨਾਂ ਨੇ ਅਰਦਾਸ ਕੀਤੀ ਹੈ। ਉਸ ਤੋਂ ਬਾਅਦ ਇਹ ਜੜੀ ਬੂਟੀਆਂ ਦੀ ਇਹ ਜਦੋਂ ਦਵਾਈ ਖਾਧੀ ਹੈ ਇਹਨਾਂ ਨੇ, ਤੁਰਕੀ ਤੋਂ ਜਿਹੜੀ ਇਹ ਦਵਾਈ ਮੰਗਵਾਈ ਸੀ, ਤਾਂ ਉਸ ਤੋਂ ਬਾਅਦ ਇਹ ਬਿਲਕੁਲ ਤੰਦਰੁਸਤ ਹੋਏ ਨੇ, ਤਾਂ ਉਸੇ ਜਿਹੜੀ ਦਵਾਈ ਨੂੰ ਅੱਗੇ ਲੋਕਾਂ ਤੱਕ ਪਹੁੰਚਾ ਰਹੇ ਨੇ, ਤਾਂ ਜੋ ਲੋਕ ਵੀ ਇਸ ਨਾ ਮੁਰਾਦ ਬਿਮਾਰੀ ਤੋਂ ਕਿਤੇ ਨਾ ਕਿਤੇ ਬਚ ਸਕਣ। ਬਹੁਤ ਵੱਡੀਆਂ ਉਦਾਹਰਨਾਂ ਵੀ ਦਿੱਤੀਆਂ, ਬੜੇ ਜਿਹੜੇ ਆਪਾਂ ਪੰਜਾਬ ਦੀ ਗੱਲ ਹੀ ਨਹੀਂ ਕਰਦੇ, ਹੋਰ ਸੂਬਿਆਂ ਦੀ ਗੱਲ ਵੀ ਕਰਦੇ ਹਾਂ, ਉਹ ਮਰੀਜ਼ ਵੀ ਇਹਨਾਂ ਤੱਕ ਆ ਕੇ ਜਿਹੜੀ ਦਵਾਈ ਲੈ ਕੇ ਗਏ ਨੇ ਤੇ ਅੱਜ ਤੰਦਰੁਸਤ ਨੇ। ਤਾਂ ਅਸੀਂ ਤੁਹਾਨੂੰ ਜਿਵੇਂ ਇਹਨਾਂ ਨੇ ਐਡਰੈਸ ਵੀ ਦੱਸਤਾ, ਫਰੀਦਕੋਟ ਦੇ ਪਿੰਡ ਸਿਮਰੇ ਵਾਲਾ, ਤਾਂ ਉੱਥੇ ਤੁਸੀਂ ਇਹਨਾਂ ਨੇ ਆਪਦਾ ਸੰਪਰਕ ਨੰਬਰ ਵੀ ਤੁਹਾਨੂੰ ਦੇ ਦਿੱਤਾ, ਬਾਕੀ ਸਕਰੀਨ ਤੇ ਵੀ ਅਸੀਂ ਤੁਹਾਨੂੰ ਇਹ ਨੰਬਰ ਇਹਨਾਂ ਦਾ ਜ਼ਰੂਰ ਅਸੀਂ ਦੇਵਾਂਗੇ, ਤਾਂ ਤੁਸੀਂ ਉਸ ਨੰਬਰ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇੱਥੇ ਨਹੀਂ ਪਹੁੰਚ ਸਕਦੇ, ਸਿਰਫ ਕੋਰੀਅਰ ਰਾਹੀਂ ਤੁਸੀਂ ਆਪਦੇ ਕੋਲ ਦਵਾਈ ਉਹ ਮੰਗਾ ਸਕਦੇ ਹੋ ਤੇ ਸਹੀ ਤੰਦਰੁਸਤ ਹੋ ਸਕਦੇ ਹੋ। ਕੈਮਰਾਮੈਨ ਮਨਪ੍ਰੀਤ ਸਿੰਘ ਦੇ ਨਾਲ ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਪਿੰਡ ਸਿਮਰੇ ਵਾਲਾ, ਜ਼ਿਲ੍ਹਾ ਫਰੀਦਕੋਟ।